ਲੱਗਦਾ ਸੀ ਤੇਰੀ ਮਦਰ ਦੇਖਣ ਨੂੰ ਗੱਲਬਾਤ ਕਰਨ ਨੂੰ ਜਿਹੜੀ ਆਪਣੀ ਮਾਂ ਦਾ ਆਪਣੀ ਕੁੜੀ ਦਾ ਬਿਸਤਰਾ ਵਿਛਾ ਕੇ ਦਿੰਦੀ ਹੋਵੇ ਵਿਆਹ ਕੀਤਾ ਨਾ ਹੋਵੇ ਆਪਣਾ ਜਵਾਈ ਸਮਝ ਲਿਆ ਹੋਵੇ ਸ਼ਰਮ ਚਾਹੀਦੀ ਇਹੋ ਜਿਹੀ ਔਰਤਾਂ ਨੂੰ ਨਹੀਂ ਇਨਸਾਫ਼ ਦੇ ਬੱਚੇ ਇਨਸਾਫ਼ ਅਸੀਂ ਕਿੱਥੋਂ ਤੋਂ ਲੈ ਕੇ ਦੇ ਦਈਏ ਹੁਣ ਤੈਨੂੰ ਕਿੱਥੋਂ ਲਿਆ ਦਈਏ ਤੇਰੀ ਹਰਪ੍ਰੀਤ ਸੋ ਕਸੂਰ ਤਾਂ ਤੇਰਾ ਆ 7 ਲੱਖ ਰੁਪਈਆ ਤੂੰ ਉਹਦੇ ਅਕਾਊਂਟ ਵਿੱਚ ਪਾਇਆ ਕਿਉਂ ਪਾਇਆ ਚਲੋ 5 ਤੋਲੇ ਸੋਨਾ ਪਾਉਣਾ ਵਿਆਹ ਕਰਾਇਆ ਜੋ ਤੈਨੂੰ ਬਣਦਾ ਸੀਗਾ ਉਹ ਤੈਨੂੰ ਵਿਹਾਰ ਕਰਨਾ ਪਿਆ ਤੂੰ ਕੀਤਾ ਨੂੰ ਪਿਆਰ ਕਰ ਅਸੀਂ ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ ਪਿਆਰ ਕਰਨਾ ਪਿਆਰ ਕਰਨੇ ਵਾਲੇ ਪਿਆਰ ਕਰਦੇ ਹੈ ਜੋ ਪਿਆਰ ਕਰਦੇ ਜੋ ਡਰਦੇ ਹੋ ਉਹ ਪਿਆਰ ਕਰਦੇ ਨਹੀਂ ਸੋ ਆਪ ਡਰਦੇ ਨਹੀਂ ਤੇ ਪਿਆਰ ਕਰਦੇ ਸੀ ਪਰ ਤੇਰੀ ਸੱਸ ਦਾ ਰੋਲ ਮੈਨੂੰ ਬੜਾ ਅਜੀਬ ਲੱਗਾ ਆ ਅਜੀਬ ਇਸ ਗੱਲ ਲੱਗਾ ਕਿ ਉਹ ਫੌਜੀ ਸੀ ਘਰ ਵਾਲਾ ਤੇ ਘਰ ਵਾਲੀ ਜਿਹੜੀ ਬਾਹਰ ਸੀ ਹੁਣ ਪ੍ਰਾਈਸ ਤੇ ਸੁਰਿੰਦਰ ਜੀ ਹਾਜ਼ਰ ਨੇ ਸੁਰਿੰਦਰ ਜੀ ਤੁਸੀਂ ਇਸ ਵੇਲੇ ਪੰਜਾਬ ਤੋਂ ਜਾਂ ਦੁਬਈ ਤੋਂ ਸਾਡੇ ਨਾਲ ਗੱਲ ਕਰ ਰਹੇ ਹੋ ਮੇਰੀ ਇਨਕਮ ਸਰ ਹੈਗੀ ਆ ਜੀ ਗੱਡੀ ਗੱਡੀ ਚੱਲਣ ਤੇ ਹੁੰਦਾ ਜੀ 50,000 ਵੀ ਬਣ ਜਾਂਦਾ 60 ਵੀ ਬਣ ਜਾਂਦਾ 70 ਵੀ ਬਣ ਜਾਂਦਾ ਕੰਮ ਦੀ ਗੱਲ ਆ ਜੀ ਕੰਮ ਮਿਲਦਾ ਜਾਵੇ ਤਾਂ ਬਹੁਤ ਪੈਸੇ ਬਣ ਜਾਂਦੇ ਬੇਟਾ ਐਵਰੇਜ ਕਿੰਨੀ ਕਿ ਹੈ ਤੁਸੀਂ 70,000 ਕਮਾ ਲੈਂਦੇ ਮਹੀਨੇ ਦਾ ਹਾਂਜੀ ਹਾਂਜੀ 70,000 ਮਹੀਨੇ ਦਾ ਕਮਾ ਲੈਂਦੇ ਖਰਚਾ ਕੱਢ ਕੇ ਤੁਹਾਨੂੰ 50,000 ਬਚ ਜਾਂਦਾ ਇੰਡੀਆ ਦਾ ਬਚ ਜਾਂਦਾ ਜੀ ਬਚ ਜਾਂਦਾ ਕਿੰਨੇ ਭੈਣ ਭਰਾ ਹੋ ਆਪ ਜੀ ਹਾਂਜੀ ਕਿੰਨੇ ਭੈਣ ਭਰਾ ਹੋ ਤੁਸੀਂ ਮੇਰੀ ਸਿਸਟਰ ਆ ਜੀ ਕੱਲੀ ਮੈਂ ਸੀ ਦੋਨੋਂ ਦੋ ਸੀਗੇ ਆਪਾਂ ਦੋ ਭਰਾ ਸੀਗੇ ਮੇਰੇ ਬ੍ਰਦਰ ਦੀ 1 ਸਾਲ ਹੋ ਗਿਆ ਉਹਦੀ ਮੇਰੇ ਤੋਂ ਛੋਟਾ ਸੀਗਾ ਤੁਹਾਡੀ ਕਾਸਟ ਦੀ ਆਈ ਸੀਗੀ ਤੁਹਾਡੀ ਮਾਫ ਕਰਨਾ ਅਫਸੋਸ ਹੈ ਤੁਹਾਡੀ ਕਾਸਟ ਕੀ ਹੈ ਮੈਂ ਐਸਸੀ ਕਾਸਟ ਤੋਂ ਬਿਲੋਂਗ ਕਰਦਾ ਜੀ ਮਜ਼ਬੀ ਸੇਖਾਂ ਜੀ ਤੁਹਾਡੀ ਉਮਰ ਕਿੰਨੀ ਸੰਦਰ ਮੇਰੀ ਉਮਰ 22 ਸਾਲ ਆ ਜੀ ਸਰ 22 ਸਾਲ ਹੈ ਸੋ ਤੁਹਾਡੀ ਸ਼ਾਦੀ ਕਿਹੜੇ ਸਾਲ ਵਿੱਚ ਹੋਈ ਮੇਰੀ ਪਿਛਲੇ ਸਾਲ ਨਵੰਬਰ ਦੀ 29 ਤਰੀਕ ਨੂੰ ਮੇਰੀ ਮੈਰਿਜ ਹੋਈ ਸੀਗੀ 29 ਨਵੰਬਰ 2022 ਦੇ ਵਿੱਚ ਹੋਈ ਹੈ 22 ਦੇ ਵਿੱਚ ਮੇਰੀ ਮੈਰਿਜ ਸਭਨਾਂ ਨੂੰ ਟੈਲੀਕਾਸਟ ਕਰੋ ਪਲੀਸ ਤਾਂ ਕਿ ਦੱਸੇ ਕਿ ਤੁਹਾਡੀ ਵਾਈਫ ਦਾ ਨਾਂ ਕੀ ਹੈ ਮੇਰੀ ਵਾਈਫ ਦਾ ਨਾਂ ਹਰਪ੍ਰੀਤ ਕੌਰ ਹੈ ਹਰਪ੍ਰੀਤ ਕੌਰ ਇਹਦੀ ਉਮਰ ਕਿੰਨੀ ਹੈ ਇਹਦੀ ਉਮਰ ਵੀ ਸੇਮ ਹੀ ਹੈ ਜੀ ਇਹਦੀ ਵੀ 22 ਸਾਲ ਹੈ ਜੀ ਦੋਨਾਂ ਦੀ ਸਾਡੀ ਸੇਮ ਸੀਗੀ ਉਮਰ ਤੁਹਾਡੀ 22 ਸਾਲ ਹੈ ਉਹਦੀ 22 ਸਾਲ ਹੈ ਹਾਂਜੀ ਹਾਂਜੀ ਦੋਨਾਂ ਦੀ ਦੋਨਾਂ ਨੂੰ 22 ਸਾਲ ਹੈ ਤੇ ਤੁਸੀਂ ਦੁਬਈ ਚ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਮੈਨੂੰ ਇਸ ਵਾਰੀ 3ਜਾ ਸਾਲ ਹੈ ਜੀ 2 ਸਾਲ ਮੈਂ ਪਹਿਲਾਂ ਲਾ ਕੇ ਗਿਆ ਸੀਗਾ 1 ਸਾਲ ਮੈਂ ਹੁਣ ਅੱਜ ਜਦੋਂ ਆਇਆ ਮੈਨੂੰ 6 ਮਹੀਨੇ ਹੋ ਗਏ ਮੈਨੂੰ 3 ਮਹੀਨੇ ਆਏ ਨੂੰ ਤੇ ਮੈਂ ਫੇਰ ਹੁਣ ਦੁਬਈ ਦੇ ਵਿੱਚ ਹੀ ਹਾਂ ਤੁਹਾਡੀ ਵਾਈਫ ਕਿੱਥੋਂ ਆ ਹਰਪ੍ਰੀਤ ਕੌਰ ਦਾ ਜ਼ਿਲ੍ਹਾ ਤੇ ਪਿੰਡ ਕਿਹੜਾ ਹੈ ਜ਼ਿਲ੍ਹਾ ਉਹਨਾਂ ਦਾ ਮੋਗਾ ਜੀ ਮੋਗਾ ਜ਼ਿਲ੍ਹਾ ਆ ਉਹਨਾਂ ਨੂੰ ਜਿਹੜਾ ਸ਼ਹਿਰ ਪੈਂਦਾ ਬਾਗਾ ਪੁਰਾਣਾ ਛੋਟਾ ਘੋਲੀਆ ਉਹਨਾਂ ਦਾ ਪਿੰਡ ਹੈ ਘੋਲੀਆ ਖੁਰਦ ਜਿਹੜਾ ਆਈ ਸੀ ਸਾਡੇ ਇੱਥੇ ਘੋਲੀਆ ਪਰਿਵਾਰ ਵਾਸਤਾ ਹੈ ਇਹ ਛੋਟਾ ਘੋਲੀਏ ਤੋਂ ਆ ਇਹ ਤੁਸੀਂ ਘੋਲੀਏ ਤੋਂ ਸਹੁਰੇ ਪਰਿਵਾਰ ਨਾਲ ਕਿਵੇਂ ਜੁੜ ਗਏ ਹੋ ਤੁਹਾਡਾ ਰਿਸ਼ਤਾ ਕਿਵੇਂ ਕਰਾਇਆ ਇਹ ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ ਸੀ ਅਸੀਂ ਜੀ ਮੇਰੀ ਸਰ ਆਪਾਂ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਆਪਾਂ ਪੜ੍ਹਦੇ ਸੀਗੇ ਆਪਾਂ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਇੰਡੀਆ ਰਹਿ ਗਏ ਨੇ ਬਾਅਦ ਵਿੱਚ ਮੈਂ ਇੱਥੇ ਆਣ ਕੇ ਟਰੱਕ ਦਾ ਲਾਇਸੈਂਸ ਬਣਾਇਆ ਸੁਰਿੰਦਰ ਹੋਲਡ ਆਣ ਕੇ ਟਰੱਕ ਦਾ ਲਾਇਸੈਂਸ ਤੁਸੀਂ ਅੰਮ੍ਰਿਤਸਰ ਰਹਿਣ ਵਾਲੇ ਹੋ ਇਹ ਘੋਰੀਆ ਮੋਗੇ ਵਿੱਚ ਇੰਨੀ ਦੂਰ ਪੜ੍ਹਦੇ ਕਿਵੇਂ ਕਿੱਥੇ ਸੀ ਪੜ੍ਹਦੇ ਕਿੱਥੇ ਸੀਗੇ ਤੁਸੀਂ ਜੀ ਮੇਰੀ ਰਿਸ਼ਤੇਦਾਰੀ ਸੀਗੀ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਮੇਰੀ ਰਿਸ਼ਤੇਦਾਰੀ ਸੀਗੀ ਉਹਨਾਂ ਦੇ ਕੋਲੇ ਮੈਂ ਪੜ੍ਹਨ ਨੂੰ ਆਇਆ ਸੀਗਾ ਇੱਥੇ ਜੀ ਮੇਰੀ ਉੱਥੇ ਪਲੱਸ ਟੂ ਮੇਰੇ ਕੋਲ ਪਾਸ ਨਹੀਂ ਜੀ ਹੋਈ ਜੀ ਮੈਂ ਇੱਥੇ ਆਇਆ ਤੇ ਇੱਥੇ ਆਣ ਕੇ ਪਲੱਸ ਟੂ ਕਲੀਅਰ ਕੀਤੀ ਹੈ ਇੱਥੇ ਸਮਾਧ ਭਾਈ ਸਕੂਲ ਸੀਗਾ ਜੀ ਤੇ ਤੁਸੀਂ ਆਪਣੇ ਛੋਟੇ ਘੋਲੀਏ ਰਹੇ ਹੋ ਮਾਸੀ ਕੌਲ ਸੀ ਨਾਨਕੀ ਸੀ ਕੌਣ ਰਸਤਰ ਕੀ ਤੁਹਾਡੇ ਨਹੀਂ ਮੈਂ ਛੋਟੇ ਘੋਲੀਏ ਨਹੀਂ ਰਿਹਾ ਮੈਂ ਮੋਗੇ ਰਿਹਾ ਜੀ ਮੋਗੇ ਮੇਰੀ ਰਿਸ਼ਤੇਦਾਰ ਮੋਗੇ ਰਹੇ ਮੇਰੇ ਡੈਡੀ ਦੇ ਰਿਲੇਟਿਵ ਸੀਗੇ ਯਾਰ ਦੋਸਤ ਮੈਂ ਉਹਨਾਂ ਕੋਲ ਰਹਿੰਦਾ ਸੀਗਾ ਉਹਨਾਂ ਨੇ ਮੇਰੀ ਪਲੱਸ ਟੂ ਇੱਥੋਂ ਸਮਾਧ ਭਾਈ ਤੋਂ ਪਾਸ ਕਰਵਾਈ ਸੀਗੀ ਤੁਹਾਡੇ ਡੈਡੀ ਕੋ ਸਰਵਿਸ ਕਰਦੇ ਆ ਨਹੀਂ ਜੀ ਮੇਰੇ ਪਾਪਾ ਦਾ ਕੰਮ ਕੰਸਟਰਕਸ਼ਨ ਦਾ ਜੀ ਉਹਨਾਂ ਦੀ ਮਸ਼ੀਨ ਜੇਸੀਬੀ ਉਹਨਾਂ ਕੋਲ ਆਪਣੀ ਉਹ ਸੜਕਾਂ ਤੁਹਾਡੇ ਮੋਗੇ ਰਸਤੇ ਕੀ ਸੀਗੀ ਮੋਗੇ ਡੈਡੀ ਦੇ ਯਾਰ ਦੋਸਤ ਸੀਗੇ ਜੀ ਉਹਨਾਂ ਕੋਲ ਮੈਂ ਰਹਿੰਦਾ ਹੁੰਦਾ ਸੀਗਾ ਯਾਰ ਦੋਸਤ ਕੋਲ ਰਹਿੰਦੇ ਸੀ ਤੁਸੀਂ ਕਿੰਨੇ ਸਾਲ ਰਹੇ ਹੋ ਤੁਸੀਂ ਮੈਂ 1 ਸਾਲ ਉੱਥੇ ਰਿਹਾ ਜਿੰਨਾ ਚਿਰ ਮੇਰੀ ਪਲੱਸ ਟੂ ਕਲੀਅਰ ਨਹੀਂ ਉਦੋਂ ਵਿੱਚ ਇਹ ਲੜਕੀ ਹਰਪ੍ਰੀਤ ਕੌਰ ਤੁਹਾਡੇ ਨਾਲ ਪੜ੍ਹਦੀ ਸੀ ਕਿਹੜੇ ਕਾਲਜ ਜਾਂ ਸਕੂਲ 'ਚ ਪੜ੍ਹਦੀ ਸੀ ਨਾ ਕਿ ਸਕੂਲ ਕਾਲਜ ਦਾ ਇਹ ਸਕੂਲ ਕਾਲਜ ਦਾ ਨਾਂ ਸੀਗਾ ਜੀ ਸਮਾਧ ਭਾਈ ਸਕੂਲ ਸੀਗਾ ਜੀ ਸਰਕਾਰੀ ਸਕੂਲ ਸੀਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ ਤੁਸੀਂ ਮਤਲਬ ਕਿੰਨੇ ਗ੍ਰੇਡ ਕੀਤੇ ਉੱਥੇ ਕਿੰਨੇ ਕਲਾਸਾਂ 'ਚ ਇਕੱਠੇ ਰਹੇ ਹੋ ਅਸੀਂ ਉਹਦੇ ਵਿੱਚ ਜੀ 1 ਸਾਲ ਇਕੱਠੇ ਰਹੇ ਹਾਂ ਜੀ 1 ਸਾਲ ਕਿਹੜੀ ਕਲਾਸ ਵਿੱਚ ਅਸੀਂ ਪਲੱਸ ਟੂ ਦੇ ਵਿੱਚ ਜੀ
ਤੇ ਤੁਹਾਡੀ ਵਾਈਫ ਦੀ ਕਾਸਟ ਵੀ ਸੇਮ ਹੈ ਕੀ ਕਹਿੰਦੇ ਤੁਹਾਡੀ ਵਾਈਫ ਦੀ ਕਾਸਟ ਵੀ ਸੇਮ ਹੈ ਸੇਮ ਸੇਮ ਹੈ ਸਰ ਸੇਮ ਸੇਮ ਤੁਹਾਡੀ ਵਾਈਫ ਦਾ ਨਾਮ ਹਰਪ੍ਰੀਤ ਹੈ ਤੁਹਾਡੇ ਸਹੁਰੇ ਦਾ ਨਾਮ ਕੀ ਹੈ ਸਹੁਰੇ ਸਾਹਿਬ ਦਾ ਸਹੁਰੇ ਦਾ ਨਾਮ ਗੁਰਨੈਬ ਸਿੰਘ ਫੌਜੀ ਹੈ ਜੀ ਗੁਰਲਾਲ ਗੁਰਨੈਬ ਸਿੰਘ ਫੌਜੀ ਹੈ ਜੀ ਸਹੁਰਾ ਸਾਹਿਬ ਦਾ ਨਾਮ ਗੁਰਲਾਭ ਜਾਂ ਗੁਰਲਾਲ ਗੁਰਨੈਬ ਗੁਰਨੈਬ ਫੌਜੀ ਹੈ ਜੀ ਸਿਰ ਸਾਹਿਬ ਕੀ ਕਹਿੰਦੇ ਨੇ ਗੁਰਨੈਲ ਮੈਨੂੰ ਸਮਝ ਨਹੀਂ ਬੱਚੇ ਦੀ ਗੁਰਨੈਬ ਗੁਰਨੈਬ ਗੁਰਨਾਈ ਗੁਰਨੈਬ ਗੁਰਨੈਬ ਹਾਂਜੀ ਹਾਂਜੀ ਮਦਰ ਦਾ ਨਾਮ ਕੀ ਹੈ ਮੇਰੀ ਵਾਈਫ ਦੇ ਮਦਰ ਦਾ ਨਾਮ ਰਵਿੰਦਰ ਕੌਰ ਹੈ ਜੀ ਉਹ ਬੱਚੇ ਕਿੰਨੇ ਨੇ ਉਹਨਾਂ ਨੇ ਇੱਕ ਤੁਹਾਡੀ ਵਾਈਫ ਤੋਂ ਇਲਾਵਾ ਹੋਰ ਬੱਚੇ ਕੌਣ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਸੀਗੇ ਜੀ ਇੱਕ ਤਾਂ ਹਰਪ੍ਰੀਤ ਕੌਰ ਜਿਹੜੀ ਮੇਰੀ ਵਾਈਫ ਨੇ ਉਹ ਸਾਰਿਆਂ ਨਾਲੋਂ ਛੋਟੇ ਸੀਗੇ ਇੱਕ ਉਹਨਾਂ ਦੀ ਸਿਸਟਰ ਆ ਗੁਰਪ੍ਰੀਤ ਕੌਰ ਤੇ ਇੱਕ ਇਹਨਾਂ ਦਾ ਬੇਟਾ ਸੀਗਾ ਉਹ ਉਹਨਾਂ ਦੀ ਡੈਥ ਹੋ ਗਈ ਹੈ ਜਿਹੜਾ ਮੇਰੇ ਸਾਲਾ ਸੀਗਾ ਉਹਦੀ ਡੈਥ ਹੋ ਚੁੱਕੀ ਆ ਤੇ ਤੁਸੀਂ ਇਹਨੂੰ ਸਮਾਤ ਭਾਈ ਇਕੱਠੇ ਪੜ੍ਹਦੇ ਰਹੇ ਸੀ ਕਲਾਸ ਪੜ੍ਹੇ ਤੁਹਾਡਾ ਪਿਆਰ ਪੈ ਗਿਆ ਤੁਹਾਡੇ ਪਿਆਰ ਪ੍ਰਪੋਜ਼ਲ ਕਿਵੇਂ ਕੀਤਾ ਤੁਹਾਡੇ ਪਿਆਰ ਨੂੰ ਇਹ ਤੁਸੀਂ ਪਿਆਰ ਕਿਵੇਂ ਇੱਕ ਦੂਜੇ ਨਾਲ ਤੁਸੀਂ ਸ਼ੁਰੂਆਤ ਕੀਤੀ ਜਾਂ ਤੁਹਾਡੀ ਵਾਈਫ ਨੇ ਨਹੀਂ ਇਹਨਾਂ ਨੇ ਸ਼ੁਰੂਆਤ ਕੀਤੀ ਇਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਇਹਨਾਂ ਸਭ ਕੁਝ ਕੀਤਾ ਸਾਰਾ ਕੁਝ ਇਹਨਾਂ ਕੀਤਾ ਬਹੁਤ ਅੱਜ ਵਧੀਆ ਇੱਕ ਸਾਲ ਗੱਲ ਹੋਈ ਆ ਪਹਿਲਾਂ ਉੱਥੇ ਸਕੂਲ ਦੇ ਵਿੱਚ ਬਾਅਦ ਵਿੱਚ ਦੋ ਸਾਲ ਮੈਂ ਟਰੱਕ ਚਲਾਉਂਦਾ ਰਿਹਾ ਇੱਥੇ ਵੀ ਮੇਰੇ ਨਾਲ ਰੋਜ਼ ਮੇਰੇ ਨਾਲ ਫੋਨ ਤੇ ਗੱਲ ਕਰਦੀ ਇੱਕ ਸੈਕਿੰਡ ਆਪਣੇ ਸੰਦੇ ਤੁਸੀਂ ਉੱਥੇ ਪੜ੍ਹਦੇ ਸੀ ਸਕੂਲ ਵਿੱਚ ਜਾਂ ਫਿਰ ਇਹ ਮਤਲਬ ਪੰਡ ਤੋਂ ਬਗੈਰ ਆਹ ਕੰਮ ਕਰਦੇ ਰਹੇ ਆ ਨਹੀਂ ਨਹੀਂ ਜੀ ਪੜ੍ਹਦੇ ਹੀ ਰਹੇ ਆ ਜੀ ਪੜ੍ਹਨ ਤੋਂ ਪੜ੍ਹਦੇ ਹੀ ਰਹੇ ਆ ਜੀ ਸੋ ਤੁਸੀਂ ਪੜ੍ਹਾਈ ਕੀਤੀ ਆ ਪੜ੍ਹਾਈ ਕੀਤੀ ਆ ਜੀ ਪਲੱਸ ਟੂ ਦੇ ਚੰਗੇ ਨੰਬਰ ਆ ਜੀ 60% ਮੇਰੇ ਨੰਬਰ ਆ ਉਹਦੇ 75% ਨੰਬਰ ਤੁਸੀਂ ਆਪਸ ਵਿੱਚ ਹੀ ਪੜ੍ਹਨ ਵੇਲੇ ਮਾਈਂਡਰੀ ਕਰਨ ਨਾਲ ਰਿਲੇਸ਼ਨ ਬਣ ਗਿਆ ਸੀ ਤੁਹਾਡਾ ਕਿ ਅਸੀਂ ਵਿਆਹ ਕਰਾਉਣਾ ਹੀ ਕਰਾਉਣਾ ਤਾਂ ਨਹੀਂ 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 ਜੀ ਨਹੀਂ 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 ਕੋਈ ਰਿਲੇਸ਼ਨ ਨਹੀਂ ਸੀਗਾ ਬਣਿਆ ਸਾਡੇ ਰਿਲੇਸ਼ਨ ਸਾਰੇ ਵਿਆਹ ਤੋਂ ਬਾਅਦ ਮੈਰਿਜ ਤੋਂ ਬਾਅਦ ਬਣੇ ਹੋਏ ਕੀ ਤੁਹਾਡੇ ਸਾਰਾ ਪਰਿਵਾਰ ਪਤਾ ਲੱਗ ਗਿਆ ਸੀ ਕਿ ਸਾਡੀ ਲੜਕੀ ਔਰ ਤੁਹਾਡੀ ਲੜਕੀ ਤੁਹਾਡੀ ਵਾਈਫ ਦਾ ਸਿੱਧਾ ਸੀ ਬਿਲਕੁਲ 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 ਸਾਰਾ ਪਰਿਵਾਰ ਨੂੰ ਮੇਰੇ ਨੂੰ ਸਭ ਕੁਝ ਪਤਾ ਸੀਗਾ ਉਹਨਾਂ ਨੂੰ ਕਿਵੇਂ ਪਤਾ ਲੱਗਾ ਕਿਵੇਂ ਦੱਸਿਆ ਉਹਨਾਂ ਨੂੰ ਮੇਰੇ ਸਾਰਾ ਪਰਿਵਾਰ ਨੂੰ ਇਹ ਚੀਜ਼ ਜਦੋਂ ਅਸੀਂ ਇਕੱਠੇ ਰਹੀਦੇ ਸੀਗੇ ਇਕੱਠੇ ਆਪਾਂ ਘੁੰਮਣ ਫਿਰਨ ਜਾਂਦੇ ਸੀਗੇ ਕਿਤੇ ਵੀ ਜਾਂ ਕਿੱਦਾਂ ਵੀ ਜਾਂਦੇ ਸੀਗੇ ਸਭ ਕੁਝ ਪਤਾ ਸੀ ਨਹੀਂ ਉਹਨਾਂ ਨੇ ਦੱਸਿਆ ਕਿਵੇਂ ਤੁਹਾਡੀ ਘਰਵਾਲੀ ਨੇ ਜਾਂ ਉਹਨਾਂ ਨੂੰ ਮਤਲਬ ਚੋਰੀ ਛੁਪੇ ਪਤਾ ਲੱਗ ਗਿਆ ਨਹੀਂ ਨਹੀਂ ਜੀ ਨਹੀਂ ਨਹੀਂ ਜਦੋਂ ਮੈਂ ਇੱਕ ਦੋ ਵਾਰ ਇਹਨੂੰ ਛੱਡਣ ਗਿਆ ਇਹਦੇ ਘਰੇ ਮਤਲਬ ਕਿ ਜਿੱਦਾਂ ਕਿਵੇਂ ਵੀ ਆ ਤੇ ਉਸ ਵਕਤ ਇਹਦੀ ਮੰਮਾ ਨੂੰ ਪਤਾ ਲੱਗ ਗਿਆ ਸੀਗਾ ਸਾਰਾ ਕੁਝ ਤੇ ਇਹਦੀ ਮੰਮਾ ਨੂੰ ਸਾਰਾ ਕੁਝ ਪਤਾ ਸੀਗਾ ਤੇ ਇਹਨਾਂ ਦੀ ਮੰਮਾ ਨੇ ਹੀ ਸਾਡਾ ਵਿਆਹ ਕਰਵਾਉਣ ਦੇ ਵਿੱਚ ਵੀ ਇਹਦੀ ਮੰਮਾ ਦਾ ਹੱਥ ਹੈ ਸਾਰਾ ਕੁਝ ਵੀ ਜਿੱਦਾਂ ਵੀ ਐਸੀ ਸੋ ਤੁਹਾਡੀ ਲਵ ਮੈਰਿਜ ਹੋਈ ਹੈ ਤੇ ਕਿੰਨਾ ਸਮਾਂ ਤੁਹਾਡੇ ਨਾਲ ਰਹੀ ਆ ਵਿਆਹ ਕਰਾ ਕੇ ਇਹ ਵਿਆਹ ਕਰਾ ਕੇ 3 ਮਹੀਨੇ 4 ਮਹੀਨੇ ਅਸੀਂ ਇਕੱਠੇ ਰਹੇ ਆ ਮੇਰਾ 3 ਮਹੀਨੇ ਦਾ ਬੇਬੀ ਸੀਗਾ ਇਹਦੇ ਪੇਟ ਵਿੱਚ ਉਹ ਵੀ ਇਹਨੇ ਵਾਸ਼ ਕਰਵਾਤਾ ਇਸ ਕੁੜੀ ਓ ਮਾਈ ਗੋਡ ਹੋਲਡ ਔਨ ਤੁਸੀਂ 31 ਨਵੰਬਰ 2022 ਵਿੱਚ ਤੁਹਾਡੀ ਸ਼ਾਦੀ ਹੁੰਦੀ ਆ ਤੇ ਤੁਸੀਂ ਕਦੋਂ ਆਉਂਦੇ ਦੁਬਈ ਨੂੰ ਫਿਰ ਮੈਂ 4th month ਦੇ ਵਿੱਚ ਆਇਆ ਜੀ ਜਨਵਰੀ ਫਰਵਰੀ ਮਾਰਚ ਅਪ੍ਰੈਲ ਚ ਆਏ ਤੁਸੀਂ ਅਪ੍ਰੈਲ ਚ ਮੈਂ ਫੇਰ ਆਇਆ ਤੁਸੀਂ ਬਸ 6 ਮਹੀਨੇ ਇਕੱਠੇ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਸੋ 6 ਮਹੀਨੇ ਇਕੱਠੇ ਰਹੇ ਹੋ ਤੇ ਤੁਹਾਡੀ ਵਾਈਫ ਦੇ ਪੇਟ ਦੇ ਵਿੱਚ ਬੱਚਾ ਸੀ 4 ਮਹੀਨੇ ਦਾ ਹਾਂਜੀ ਹਾਂਜੀ ਜਦ ਤੁਸੀਂ ਦੁਬਈ ਨੂੰ ਆਏ ਹੋ ਹਾਂਜੀ ਹਾਂਜੀ ਤੇ ਇਹਨਾਂ ਦੇ ਕਹਿਣ ਦੇ ਮੁਤਾਬਿਕ ਬਾਸੀ ਸਾਹਿਬ ਇਹਨਾਂ ਦੇ ਕਹਿਣ ਦੇ ਮੁਤਾਬਿਕ ਵੀ ਹੁਣ ਚਲੋ ਪਰਮਾਤਮਾ ਨੇ ਇਹ ਬੱਚਾ ਜਿਹੜਾ ਕਿ ਅਬੋਰਸ਼ਨ ਕਰਾਇਆ ਇਹ ਆਗਿਆ ਕੀ ਦਿੱਤੀ ਅਬੋਰਸ਼ਨ ਕਰਾਉਣ ਦੀ ਇੰਨੇ ਮਹੀਨੇ ਬਾਅਦ ਪਤਾ ਨਹੀਂ ਮੈਨੂੰ ਸਰ ਇਸ ਗੱਲ ਦਾ ਨਹੀਂ ਪਤਾ ਕਿਉਂਕਿ ਮੈਂ ਉੱਥੇ ਨਹੀਂ ਤੇ ਗਿਆ ਗਾ ਮੇਰੀ ਵਾਈਫ ਜਿਹੜੀ ਉਹ ਤੁਹਾਡੀ ਵਾਈਫ ਹੋਲਡ ਔਨ ਇੱਕ ਸੈਕਿੰਡ ਤੁਹਾਡੀ ਵਾਈਫ ਮਾਂ ਬਣਨ ਵਾਲੀ ਸੀ ਕਿੰਨੇ ਮਹੀਨੇ ਹੋ ਗਏ ਸੀਗੇ ਜਦੋਂ ਤੁਸੀਂ ਅਬੋਰਸ਼ਨ ਕਰਾਇਆ ਜਦੋਂ ਉਦੋਂ ਮੁਮਕਿਨ 3 ਮਹੀਨੇ ਦਾ ਬੇਬੀ ਸੀਗਾ ਸਾਡਾ ਜਦੋਂ ਇਹਨੇ ਅਬੋਰਸ਼ਨ ਕਰਵਾਤਾ ਇਹ ਰਿਸਕ ਨਹੀਂ ਸੀਗਾ ਹਾਂਜੀ ਸਰ ਇਹ ਰਿਸਕ ਨਹੀਂ ਸੀ ਇਹਦੇ ਵਿੱਚ ਤੁਹਾਡੀ ਵਾਈਫ ਦੀ ਜਾਨ ਨੂੰ ਖਤਰਾ ਨਹੀਂ ਸੀ ਮੈਨੂੰ ਸਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਗਾ ਮੇਰੀ ਵਾਈਫ ਮੇਰੇ ਸਹੁਰਾ ਪਰਿਵਾਰ ਕੋਲ ਰਹਿੰਦੀ ਸੀਗੀ ਮੇਰਾ ਘਰ ਛੱਡ ਕੇ ਆ ਚੁੱਕੀ ਸੀਗੀ ਉੱਥੋਂ ਵੀ ਮੇਰਾ ਘਰ ਵਾਲਾ ਉੱਥੇ ਚਲੇ ਗਿਆ ਮੈਂ 1-2 ਮਹੀਨੇ ਇੱਥੇ ਰਹਿਣਾ ਇੱਥੇ ਆ ਚੁੱਕੀ ਸੀ ਜਦੋਂ ਤੁਸੀਂ ਦੁਬਈ ਨੂੰ ਆਏ ਹੋ ਤੁਹਾਡੀ ਵਾਈਫ ਨੇ ਦੱਸਿਆ ਕਿ ਮੈਂ ਪ੍ਰੈਗਨੈਂਟ ਹਾਂ ਦੱਸਿਆ ਸੀਗਾ ਮੈਨੂੰ ਸਾਰਾ ਕੁਝ ਪਤਾ ਸੀਗਾ ਜੀ ਤਾਂ ਕੀ ਦੱਸੀ ਸੀ ਕਿੰਨੇ ਮਹੀਨੇ ਦੀ ਪ੍ਰੈਗਨੈਂਸੀ ਆ ਬਾਅਦ ਵਿੱਚ ਅਬੋਰਸ਼ਨ ਕਰਾਉਣ ਤੋਂ ਬਾਅਦ ਵਿੱਚ ਕੁਝ ਦਿਨਾਂ ਬਾਅਦ ਉਹ 5 ਮਹੀਨੇ ਦੀ 1 ਤਰੀਕ ਨੂੰ ਉਹਦੀ ਫਲਾਈਟ ਸੀਗੀ ਉਹ ਮਲੇਸ਼ੀਆ ਚਲੀ ਗਈ ਆ
ਨਹੀਂ ਇੱਕ ਮਿੰਟ ਦੱਸੋ ਮੈਨੂੰ ਅਬੋਰਸ਼ਨ ਜਦੋਂ ਕਰਾਇਆ ਆਇਆ ਤੁਹਾਡੀ ਕੰਸੈਂਟ ਲਈ ਹੈ ਆਗਿਆ ਲਈ ਹੈ ਨਾ ਨਾ ਮੇਰੀ ਕੋਈ ਕੰਸੈਂਟ ਨਹੀਂ ਲਈ ਮੇਰੀ ਕੋਈ ਆਗਿਆ ਨਹੀਂ ਲਈ ਮੈਨੂੰ ਦੱਸਿਆ ਨਹੀਂ ਪੁੱਛਿਆ ਨਹੀਂ ਆ ਮੈਨੂੰ ਬਸ ਇਹਨਾਂ ਇਹ ਕਿਹਾ ਵੀ ਪਤਾ ਨਹੀਂ ਕੀ ਹੋਇਆ ਪਰਮਾਤਮਾ ਵੱਲੋਂ ਮੇਰਾ ਬੇਬੀ ਖਰਾਬ ਹੋ ਗਿਆ ਓ ਵੈਰੀ ਸੈਡ ਪਾਰਟ ਓਕੇ ਉਸ ਤੋਂ ਬਾਅਦ ਕੀ ਤੁਹਾਡਾ ਆਪਸ ਵਿੱਚ ਲੜਾਈ ਝਗੜਾ ਰਹਿੰਦਾ ਸੀਗਾ ਕੋਈ ਲੜਾਈ ਝਗੜਾ ਨਹੀਂ ਸੀਗਾ ਰਹਿੰਦਾ ਕੋਈ ਕੁਛ ਨਹੀਂ ਸੀਗਾ ਰਹਿੰਦਾ ਬਸ ਮੇਰੀ ਮੇਰੇ ਸਹੁਰਾ ਪਰਿਵਾਰ ਵੱਲੋਂ ਮੇਰੀ ਸਹੁਰਾ ਪਰਿਵਾਰ ਵੱਲੋਂ ਉਹਨੂੰ ਭੇਜਿਆ ਗਿਆ ਪਤਾ ਨਹੀਂ ਹੁਣ ਮੈਨੂੰ ਨਾ ਕਾਲ ਕਰਦੀ ਆ ਨਾ ਕੁਛ ਵੀ ਕਰਦੀ ਨਾ ਤੁਹਾਡੀ ਵਾਈਫ ਨੂੰ ਕਿਹਨੇ ਭੇਜਿਆ ਬਾਹਰ ਮਲੇਸ਼ੀਆ ਕਿਹਨੇ ਭੇਜਿਆ ਤੁਹਾਨੂੰ ਪੁੱਛ ਕੇ ਵੀ ਗਈ ਹੈ ਜਾਂ ਆਪਣੇ ਇਸ ਚੀਜ਼ ਦੇ ਪਿੱਛੇ ਮੇਰੀ ਸਾਰੀ ਸੱਸ ਦਾ ਹੱਥ ਹੈ ਜਿਹੜੇ ਜਿਹੜੇ ਭੇਜਿਆ ਸੱਸ ਨੇ ਕਿਸੇ ਮੁੰਡੇ ਕੋਲ ਭੇਜਿਆ ਉੱਥੇ ਮੰਨੂ ਉਹਦੇ ਕੋਲ ਭੇਜਿਆ ਇਹ ਮੰਨੂ ਮੁੰਡਾ ਕਿੱਥੋਂ ਦਾ ਆ ਇਹ ਮੰਨੂ ਮੁੰਡਾ ਉਹਦੇ ਥੋੜੇ ਜਿਹੇ ਲਾਗੇ ਗਵਾਂਢ ਪਿੰਡ ਦਾ ਆ ਉਹਨਾਂ ਦੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਹੀ ਆ ਉਹ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਹੀ ਆ ਜੀ ਨਹੀਂ ਕਿਹੜਾ ਪਿੰਡ ਆ ਉਹਦਾ ਮੰਨੂ ਦਾ ਉਹਦਾ ਪਿੰਡ ਹੈਗਾ ਭੋਡੀਪੁਰਾ ਪਿੰਡ ਆ ਜੀ ਉਹਦੇ ਲਾਗੇ ਹੀ ਉਹਨੇ ਘੋਲੀਏ ਪਿੰਡ ਦੇ ਨਾਲ ਹੀ ਭੋਡੀਪੁਰਾ ਪਿੰਡ ਆ ਜੀ ਭੋਡੀਪੁਰਾ ਹਾਂਜੀ ਭੋਡੀਪੁਰਾ ਪਿੰਡ ਦਾ ਲੜਕਾ ਮੰਨੂ ਜਿਹਦੇ ਨਾਲ ਇਹਨਾਂ ਨੇ ਤੁਹਾਡੀ ਵਾਈਫ ਨੂੰ ਭੇਜ ਦਿੱਤਾ ਤਾਂ ਹੁਣ ਉਹਦੇ ਨਾਲ ਰਹਿ ਰਹੀ ਆ ਉਹਨੇ ਵਿਆਹ ਕਰਾ ਲਿਆ ਨੇ ਪਤਾ ਨਹੀਂ ਜੀ ਵਿਆਹ ਕਰਵਾਇਆ ਜਾਂ ਨਹੀਂ ਕਰਵਾਇਆ ਮੈਂ ਬਹੁਤ ਪ੍ਰਸ਼ਾਸਨ ਕੋਲੋਂ ਵੀ ਮੰਗ ਮੰਗੀ ਕੀਤੀ ਤੁਹਾਡੇ ਕੋਲ ਕੋਈ ਐਸੀ ਤਸਵੀਰਾਂ ਤੁਹਾਡੀ ਹੈ ਹਸਬੰਡ ਵਾਈਫ ਦੀਆਂ ਜੋ ਤੁਹਾਡੀਆਂ ਇਹ ਤੁਹਾਡੀ ਵਾਈਫ ਦੀਆਂ ਹਰਪ੍ਰੀਤ ਦੀਆਂ ਸਮੋਨੂ ਨਾਲ ਹੈ ਬਰਬਾਦ ਕਰਨ ਵਾਲੀ ਤੁਹਾਡੀ ਸੱਸ ਹੈ ਮੇਰੀ ਸੱਸ ਆ ਮੇਰੀ ਜ਼ਿੰਦਗੀ ਬਰਬਾਦ ਕਰਨ ਵਾਲੀ ਮੇਰੀ ਸੱਸ ਰਵਿੰਦਰ ਕੌਰ ਆ ਜੀ ਤੁਹਾਡੀ ਸੱਸ ਦਾ ਨਾਮ ਰਵਿੰਦਰ ਕੌਰ ਹੈ ਮੇਰੀ ਸੱਸ ਦਾ ਨਾਮ ਰਵਿੰਦਰ ਕੌਰ ਆ ਜੀ ਰਵਿੰਦਰ ਕੌਰ ਉਹਨੇ ਇਹ ਆਪਣੀ ਧੀ ਦਾ ਘਰ ਬਰਬਾਦ ਕਿਉਂ ਕੀਤਾ ਕਾਰਨ ਕਿਹਦੇ ਪਿੱਛੇ ਕਾਰਨ ਇਵੇਂ ਆ ਜੀ ਮੈਂ ਉੱਥੇ ਚਲੇ ਗਿਆ ਸੀਗਾ ਮੇਰੇ ਮੈਂ ਮੈਂ ਹਰ ਵਕਤ ਹਰ ਮਹੀਨੇ ਵੇਖੋ ਬਾਸੀ ਸਾਹਿਬ ਮੈਂ ਹਰ ਮਹੀਨੇ ਨੂੰ 30,000 ਰੁਪਇਆ ਉਹਨੂੰ ਖਰਚਾ ਵੀ ਭੇਜਦਾ ਰਿਹਾ ਕਿ ਤੂੰ ਆਪਣਾ ਸਹੁਰਿਆਂ ਕੋਲ ਪੈਸੇ ਮੰਗਣੇ ਤੂੰ ਘਰਦਿਆਂ ਕੋਲ ਵੀ ਪੈਸੇ ਨੀ ਮੰਗਣੇ ਮੇਰੇ ਕੋਲ ਪੈਸੇ ਜਿੰਨੇ ਚਾਹੀਦੇ ਤੂੰ ਮੇਰੇ ਕੋਲ ਹੈ ਠੀਕ ਹੈ ਫਿਰ ਵੀ ਉਸ ਜਨਾਨੀ ਨੇ ਮੇਰਾ ਘਰ ਜਾ ਰਿਹਾ ਫਿਰ ਵੀ ਉਹ ਕੁੜੀ ਨੂੰ ਮੇਰੇ ਤੋਂ ਦੂਰ ਕੀਤਾ ਜੀ ਦਿਸ ਇਜ਼ ਵੈਰੀ ਬੈਡ ਪਾਰਟ ਹੋਲਡ ਆਨ ਵਨ ਸੈਕਿੰਡ ਪਲੀਜ਼ ਸੋ ਤੁਹਾਡੀ ਸੱਸ ਨੇ ਘਰ ਅਜਾਣ ਵਾਲੀ ਤੁਹਾਡੀ ਸੱਸ ਜਿਹੜੀ ਅਰਵਿੰਦਰ ਕੌਰ ਹੈ ਕਲੈਣੀ ਸੋ ਤੁਹਾਡੀ ਜ਼ਿੰਦਗੀ ਬਰਬਾਦ ਕਰ ਚੁੱਕੀ ਹੈ ਤੁਹਾਡੇ ਘਰ ਤੇ ਤੁਹਾਡੇ ਵਿਆਹ ਦਾ ਜਿਹੜਾ ਖਰਚਾ ਆਇਆ ਉਹ ਕਿਹਨੇ ਕੀਤਾ ਜਿੰਨਾ ਮੇਰੇ ਵਿਆਹ ਤੇ ਖਰਚਾ ਆਇਆ ਸਾਰਾ ਅਸੀਂ ਮੇਰੇ 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 ਮਾਂ ਪਿਓ ਵੱਲੋਂ ਕੀਤਾ ਗਿਆ ਸਾਡੇ ਵੱਲੋਂ ਕੀਤਾ ਗਿਆ ਤੇ ਮੇਰਾ ਬਾਸੀ ਸਾਹਿਬ 5 ਤੋਲੇ ਸੋਨਾ ਇਹਨਾਂ ਕੋਲ ਓ ਮਾਈ ਗੋਡ 5 ਤੋਲੇ ਸੋਨਾ ਵੀ ਲੈ ਗਈ ਤਾਂ ਆਪ ਵੀ ਚਲੇ ਗਈ ਤੇ ਤੇਰੀ ਜ਼ਿੰਦਗੀ ਨੂੰ ਬਰਬਾਦ ਵੀ ਕਰ ਗਈ ਹਾਂਜੀ ਹਾਂਜੀ ਅਕਾਊਂਟ ਵਿੱਚ ਇਹਦੇ ਵਿੱਚ ਮੇਰੇ ਕਮ ਸੇ ਕਮ 7 ਲੱਖ ਦਾ ਬੈਲੈਂਸ ਵੀ ਸੀਗਾ 7 ਲੱਖ ਦਾ ਬੈਲੈਂਸ ਤੁਸੀਂ ਇਹਦੇ ਅਕਾਊਂਟ ਵਿੱਚ ਕਿਉਂ ਪਾਤਾ ਇੱਕਦਮ ਕਿਉਂਕਿ ਕਿਉਂਕਿ ਮੇਰਾ ਪਹਿਲਾਂ ਵੀ ਵਿਆਹ ਤੋਂ ਪਹਿਲਾਂ ਵੀ ਮਤਲਬ ਕਿ ਇਹਨੇ ਕੁਝ ਪੈਸੇ ਪਹਿਲਾਂ ਵੀ ਸੀਗੇ 2.5-2 ਲੱਖ ਰੁਪਇਆ ਪਹਿਲਾਂ ਵੀ ਸੀਗਾ ਤੇ ਬਾਅਦ ਵਿੱਚ ਵੀ ਮੈਂ ਪਾਉਂਦਾ ਰਿਹਾ ਹੈਗਾ ਪੈਸੇ ਜਦ ਕਿ ਤੁਸੀਂ ਇਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਜੀ ਬਹੁਤ ਜ਼ਿਆਦਾ ਆਪਣੇ ਆਪ ਤੋਂ ਵੱਧ ਪਿਆਰ ਸੀਗਾ ਸਾਡਾ ਬਗਾਨੇ ਆਲਣੇ ਵਿੱਚ ਜਾ ਕੇ ਬੈਠ ਗਈ ਆ ਹਾਂਜੀ ਬਗਾਨੇ ਆਲਣੇ ਵਿੱਚ ਜਾ ਕੇ ਓ ਮਾਈ ਗੋਡ ਤੁਸੀਂ ਹੁਣ ਕਿੰਨੇ ਦੁਖੀ ਹੋ ਔਰ ਕਿੰਨਾ ਪਰਿਵਾਰ ਦੁਖੀ ਹੋਵੇਗਾ ਤੁਸੀਂ ਆਪਣੀ ਸੱਸ ਨਾਲ ਗੱਲਬਾਤ ਕੀਤੀ ਹੈ ਕਿ ਮੇਰੀ ਵਾਈਫ ਕਿਵੇਂ ਆ ਤੇ ਕਿੱਥੇ ਆ ਕਿਉਂ ਗਈ ਆ ਕਿਹਨੂੰ ਭੇਜਿਆ ਮੈਂ ਮੈਂ ਬਿਲਕੁਲ ਆਪਣੇ ਸੱਸ ਸਹੁਰੇ ਨਾਲ ਗੱਲ ਕਰਦਾ ਮੈਨੂੰ ਮੈਨੂੰ ਕੋਈ ਰਿਪਲਾਈ ਨਹੀਂ ਕੀਤਾ ਜਾਂਦਾ ਉਹਨਾਂ ਵੱਲੋਂ ਕੋਈ ਮੈਨੂੰ ਦੱਸਿਆ ਨਹੀਂ ਜਾਂਦਾ ਤੁਸੀਂ ਸਾਡੇ ਸੱਸ ਦਾ ਨੰਬਰ ਹੈ ਤਾਂ ਡਾਇਲ ਕਰੋ ਰਾਈਟ ਵੇ ਆਪਾਂ ਸਮੇਂ ਸਿਰ ਸਟੋਰੀ ਨੂੰ ਜਿਹੜੀ ਆ ਵਾਈਂਡ ਅਪ ਕਰ ਸਕੀ ਤੁਹਾਡੀ ਵਾਈਫ ਦਾ ਬੱਚਾ ਸੀਗਾ ਉਸ ਦਾ ਅਬੋਰਸ਼ਨ ਕਰਾਉਣ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਉਹ ਫੋਰਸਫੁਲੀ ਕੀਤਾ ਹੋਵੇਗਾ ਤੁਹਾਡੀ ਸੱਸ ਦੁਆਰਾ ਸੋ ਇਹਦਾ ਕੋਈ ਕਾਰਨ ਹੋਵੇਗਾ 5 ਤੋਲੇ ਸੋਨਾ ਮੇਰੀ ਸੱਸ ਨੇ ਜੋ ਵੀ ਕੀਤਾ ਬਸ ਤਾਂ ਮੇਰੀ ਸੱਸ ਨੇ ਕੀਤਾ ਕਿਉਂਕਿ ਉਹਨਾਂ ਨੇ ਹੀ ਇਹ ਮੇਰਾ ਬੇਬੀ ਵਾਸ਼ ਕਰਾਇਆ ਕਿਉਂਕਿ ਉਹ ਕਹਿੰਦੀ ਸੀਗੀ ਮੇਰੀ ਵਾਈਫ ਨੂੰ ਉਹਨੇ ਇੱਕ ਦੋ ਵਾਰ ਪਹਿਲਾਂ ਵੀ ਕਿਹਾ ਸੀਗਾ ਵੀ ਵਿਆਹ ਤੋਂ 2-3 ਸਾਲ ਬਾਅਦ ਬੇਬੀ ਲੈਣਾ ਪਹਿਲਾਂ ਤੂੰ ਬੇਬੀ ਨਹੀਂ ਲੈਣਾ ਪਰ ਮੇਰੀ ਵਾਈਫ ਮੇਰੇ ਨਾਲ ਐਗਰੀ ਹੋ ਗਈ ਸੀ ਕਿ ਆਪਾਂ ਬੇਬੀ ਅਸੈਪਟ ਕਰ ਲਿਆ ਸੀ ਸੋ 7 ਲੱਖ ਰੁਪਈਆ ਕੈਸ਼ ਬਾਕੀ ਦਾ ਖਰਚਾ ਵਿਆਹ ਤੇ 5 ਤੋਲੇ ਸੋਨਾ ਲੈ ਕੇ ਫਰਾਰ ਹੋ ਗਈ ਤੇਰੇ ਘਰ ਵਾਲੀ ਹਾਂਜੀ ਹਾਂਜੀ ਸੋ ਹੁਣ 7 ਲੱਖ ਰੁਪਈਆ ਹੋ ਸਕਦਾ ਕਿ ਤੁਹਾਡੀ ਸੱਸ ਦੇ ਕੋਲ ਹੋਵੇ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਬਹੁਤ ਵਾਰੀ ਕਾਲ ਕਰਨ ਦੀ ਉਹਨਾਂ ਨੇ ਨੰਬਰ ਬਦਲ ਦਿੱਤੇ ਹੋਏ ਨੇ ਸਾਰੇ ਇੱਥੇ ਤੱਕ ਵੀ ਮੇਰੀ ਸਾਲੀ ਨੇ ਵੀ ਨੰਬਰ ਬਦਲ ਦਿੱਤਾ ਸਾਰਿਆਂ ਨੇ ਨੰਬਰ ਬਦਲ ਦਿੱਤਾ ਤੁਸੀਂ ਆਪਣੀ ਸੱਸ ਦੀ ਫੋਟੋ ਭੇਜੋ ਸਾਨੂੰ ਰਵਿੰਦਰ ਕੌਰ ਦੀ ਗੁਰਨੈਪ ਸਿੰਘ ਫੌਜੀ ਦੀ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਭੇਜ ਦੇਣਾ ਤੁਹਾਨੂੰ ਕੋਈ ਨਹੀਂ ਦੋਨਾਂ ਦੀ ਭੇਜ ਦੇਣਾ ਨਹੀਂ ਤੁਹਾਡੇ ਕੋਲ ਹੈ ਜਾਂ ਨਹੀਂ ਹੈ ਨਹੀਂ ਮੇਰੇ ਕੋਲ ਸਭ ਕੁਝ ਹੈਗਾ ਜੀ ਕੀ ਮੈਨੂੰ 1 ਮਿੰਟ ਦੇ ਵਿੱਚ ਫੋਟੋ ਭੇਜੋ 1 ਸੈਕਿੰਡ ਵਿੱਚ ਫੋਟੋ ਭੇਜੋ ਤਾਂ ਕਿ ਅਸੀਂ ਸਟੋਰੀ ਨੂੰ ਕੰਟੀਨਿਊਸਲੀ ਪੇਸ਼ ਕਰ ਸਕੀਏ ਕੋਈ ਨਾ ਮੈਂ WhatsApp ਇਸੇ ਨੰਬਰ ਤੇ WhatsApp ਤੇ ਭੇਜ ਦਿੰਦਾ ਸਰ ਓਕੇ ਤੁਹਾਡੇ ਕੋਲ WhatsApp ਹੈ ਨਾ
ਹਾਂ ਜੀ WhatsApp ਹੈਗਾ ਹੈਗਾ ਤੁਸੀਂ 1 ਮਿੰਟ ਚ ਭੇਜੋ ਸਟੋਰੀ ਕੰਟੀਨਿਊ ਕਰਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਸੱਸ ਦੇ ਨਾਲ ਗੱਲਬਾਤ ਕਰ ਲਈ ਤੁਹਾਡੇ ਕੋਲ ਕੋਈ ਐਸਾ ਨੰਬਰ ਹੈ ਤੁਹਾਡੀ ਸਾਲੀ ਦਾ ਜਿਹਨਾਂ ਅਸੀਂ ਗੱਲਬਾਤ ਕਰ ਸਕੀਏ ਕਿ ਇਹ ਛੋਟੇ ਘੋੜੇ ਦੀ ਹੈ ਉਹਨਾਂ ਨੇ ਸਾਰੇ ਨੰਬਰ ਸਾਰੇ ਕੰਟੈਕਟ ਉਹਨਾਂ ਨੇ ਬੰਦ ਕਰ ਦਿੱਤੇ ਆ ਮੇਰੇ ਨਾਲ ਠੱਗੀ ਕਰਨ ਤੋਂ ਬਾਅਦ ਸਾਰੇ ਕੰਟੈਕਟ ਉਹਨਾਂ ਨੇ ਬੰਦ ਕਰ ਦਿੱਤੇ ਆ ਮੇਰੇ ਨਾਲ ਗੱਲ ਵੀ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਕੁੜੀ ਨਾਲ ਗੱਲ ਵੀ ਨਹੀਂ ਕਰਨ ਦਿੰਦੇ ਤੇ ਅਸੀਂ ਆਪਣੇ ਅਕਾਊਂਟ ਚੈੱਕ ਕਰਾਇਆ ਬੈਂਕ ਤੋਂ ਕਿ 7 ਲੱਖ ਰੁਪਈਆ ਹੈ ਜੋ ਵੀ ਗਾਇਬ ਹੋ ਗਿਆ ਨਹੀਂ ਉਹਦੇ ਕੋਲ ਹੀ ਆ ਜੀ ਸੱਤ ਕੋਲ ਹੋਵੇ ਜਾਂ ਉਹਦੇ ਕੋਲ ਜਾਂ ਘਰ ਵਾਲੀ ਕੋਲ ਹੋਵੇ ਇਹ ਨਹੀਂ ਪਤਾ ਵੀ ਕਿਹਦੇ ਕੋਲ ਹੈ ਇਹਨਾਂ ਕੋਲ ਹੀ ਆ ਜੀ ਮੇਰਾ ਸਵਾਲ ਇਹ ਹੈ ਕਿ ਜਿਹੜਾ 7 ਲੱਖ ਸੀਗਾ ਤੁਹਾਡਾ ਅਕਾਊਂਟ ਦੋਨਾਂ ਦਾ ਸਾਂਝਾ ਸੀ ਜੁਆਇੰਟ ਸੀਗਾ ਨਹੀਂ 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 ਜੀ ਸਾਂਝਾ ਨਹੀਂ ਸੀਗਾ ਮੇਰੀ ਵਾਈਫ ਦਾ ਅਕਾਊਂਟ ਸੀਗਾ ਉਹਦੇ ਵਿੱਚ ਮੈਂ ਪੈਸੇ ਭੇਜਦਾ ਰਿਹਾ ਜੀ ਮੇਰੇ ਕੋਲ ਸਲਿੱਪਾਂ ਤੱਕ ਵੀ ਪਈਆਂ ਨੇ ਤੁਸੀਂ 12 ਪੜ੍ਹੇ ਹੋ ਤੁਸੀਂ ਪਾਗਲ ਹੋ ਤੁਸੀਂ ਮਿਹਨਤ ਕਰਦੇ ਹੋ ਤੁਸੀਂ ਜੁਆਇੰਟ ਅਕਾਊਂਟ ਤੋਂ ਬਗੈਰ ਆਪਣੀ ਵਾਈਫ ਦੇ ਨਾਂ ਤੇ 7 ਲੱਖ ਰੁਪਈਆ ਭੇਜ ਦਿੱਤਾ ਉਹ ਸ਼ਾਦੀ ਹੋਈ ਉਹਨਾਂ ਨੂੰ 4 ਮਹੀਨੇ ਹੋਏ ਆ ਬੱਚਾ ਤੁਹਾਡੇ ਹੋਇਆ ਬੱਚਾ ਤੁਸੀਂ ਫੋਰਸਫੁਲੀ ਅਬੋਰਸ਼ਨ ਜਿਹੜਾ ਕਰਾ ਰਿਹਾ ਇਹ ਕਾਨੂੰਨ ਤੋਂ ਲਾਗੇ ਦਿੰਦਾ ਤੁਸੀਂ ਜੇਲ੍ਹ ਜਾ ਸਕਦੇ ਹੋ ਔਰ ਦੂਜੇ ਪਾਸੇ 7 ਲੱਖ ਰੁਪਈਆ ਤੂੰ ਕਿੰਨਾ ਪਾਗਲ ਹੈ ਤੂੰ 7 ਲੱਖ ਰੁਪਈਆ ਕਿਵੇਂ ਕਿਸ ਤਰ੍ਹਾਂ ਜੁਆਇੰਟ ਅਕਾਊਂਟ ਤੋਂ ਬਗੈਰ ਆਪਣੇ ਘਰ ਵਾਲੀ ਨਾਂ ਦੇ ਦਿੱਤਾ ਤੇ ਤੇਰੀ ਸੱਸ ਜਿਹੜੀ ਆ ਉਹ ਲਾਲਚਣ ਹੋ ਗਈ ਤੇ ਉਹਨੇ ਆਪਣੀ ਕੁੜੀ ਨੂੰ ਕਿਸੇ ਹੋਰ ਜਗ੍ਹਾ ਭੇਜ ਦਿੱਤਾ ਤੁਹਾਡੀ ਘਰਵਾਲੀ ਤੁਹਾਡੇ ਤੋਂ ਹੈਪੀ ਸੀ ਵਿਆਹ ਕਰਨ ਤੋਂ ਬਾਅਦ ਜਾਂ ਨਹੀਂ ਮੇਰੇ ਨਾਲ ਪੂਰੀ ਹੈਪੀ ਸੀਗੀ ਪੂਰੀ ਖੁਸ਼ ਸੀਗੀ ਜਦੋਂ ਮੈਂ ਇੱਥੇ ਮੈਨੂੰ 에ਅਰਪੋਰਟ ਤੇ ਤੱਕ ਉਹ ਦਿੱਲੀ ਛੱਡ ਕੇ ਗਈ ਹੈ ਜੀ ਮੇਰੇ ਨਾਲ ਪੂਰੀ ਖੁਸ਼ ਸੀਗੀ ਬਾਅਦ ਵਿੱਚ ਮੇਰੇ ਨਾਲ ਵਧੀਆ ਗੱਲ ਕਰਦੀ ਰਹੀ ਕੁਝ ਦਿਨਾਂ ਦੇ ਵਿੱਚ ਹੀ ਮੇਰੀ ਸੱਸ ਵੱਲੋਂ ਉਹਨੂੰ ਡਰਾ ਧਮਕਾ ਕੇ ਇਹ ਕੁਝ ਕੀਤਾ ਕਰਵਾ ਹੋ ਜਾ ਸੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਨੰਬਰ ਬੰਦਾ ਬਾਸੀ ਸਾਹਿਬ ਇਹਨਾਂ ਨੇ ਇੱਕ ਨੰਬਰ ਦਿੱਤਾ ਸੀਗਾ ਆਪਦੀ ਘਰ ਵਾਲੀ ਦੇ ਮਾਸੀ ਦੇ ਮੁੰਡੇ ਦਾ ਉਹ ਕਹਿੰਦਾ ਵੀਰ ਮੈਂ ਤਾਂ ਆਪ ਕਬੀਲਦਾਰ ਹਾਂ ਮੈਨੂੰ ਨਹੀਂ ਪਤਾ ਇਹਨਾਂ ਨੇ ਆਨਲਾਈਨ ਵਿਆਹ ਵੂ ਕਰਾਇਆ ਹੈਗਾ ਇੱਕ ਦੂਜੇ ਤੋਂ ਦੂਰ ਏਰੀਏ ਤੋਂ ਤੇ ਹੁਣ ਇਹਨਾਂ ਦਾ ਇਹ ਆਪ ਹੀ ਸਮਝਣ ਵੀ ਸਾਨੂੰ ਨਹੀਂ ਕੁਛ ਪਤਾ ਕਿਉਂਕਿ ਮੈਂ ਆਪ ਹੈਰਾਨ ਹਾਂ ਅੰਮ੍ਰਿਤਸਰ ਦਾ ਇਹ ਆ ਇਹ ਕਿੱਥੇ ਮੋਗੇ ਆਇਆ ਕਿੱਥੇ ਕਹਿੰਦਾ ਮੈਂ ਆਪਣੇ ਮੈਨੂੰ ਇਹ ਵੀ ਡਾਊਟ ਆ ਇਹ ਲੁਕੋ ਰਿਹਾ ਮੁੰਡਾ ਕੁਛ ਕਿ ਮੈਂ ਆਪਣੇ ਮੇਰੇ ਡੈਡੀ ਦਾ ਦੋਸਤ ਸੀਗਾ ਤੇ ਮੈਨੂੰ ਮੈਂ ਉੱਥੇ ਪੜ੍ਹਨ ਗਿਆ ਇਹਦੇ ਕੋਈ ਕਾਰਨ ਕੋਈ ਹੋਰ ਹੋਣਾ ਮੈਨੂੰ ਇਹ ਦੱਸੋ ਤੁਸੀਂ ਕੁੜੀ ਜਿਹੜੀ ਆ ਤੁਹਾਨੂੰ ਸਕੂਲ ਚ ਮਿਲੀ ਹੈ ਜਾਂ ਤੁਸੀਂ ਫੇਸਬੁੱਕ ਤੇ ਪਹਿਲਾਂ ਜਾਣ ਲੱਪਾ ਸੀ ਇੱਕ ਦੂਜੇ ਨੂੰ ਟੈਲ ਮੀ ਟਰੂ ਨਾ 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 ਜੀ ਨਾ 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 ਕੁੜੀ ਨਾਲ ਮੈਂ ਪਹਿਲਾਂ ਮਿਲ ਗਿਆ ਜੀ ਕੁੜੀ ਨਾਲ ਮੈਂ ਪਹਿਲਾਂ ਪੜ੍ਹਦੇ ਰਹੇ ਆ ਆਪਾਂ ਪੜ੍ਹਦੇ ਰਹੇ ਆ ਫਿਰ ਸਾਡੀ ਨਹੀਂ ਪੜ੍ਹਨ ਤੋਂ ਪਹਿਲਾਂ ਸਕੂਲ ਜਾਣ ਤੋਂ ਪਹਿਲਾਂ ਤੁਸੀਂ ਫੇਸਬੁੱਕ ਤੇ ਜਾਣਦੇ ਸੀ ਹਾਂਜੀ ਹਾਂਜੀ ਫੇਸਬੁੱਕ ਤੇ ਵੀ ਆਪਾਂ ਚੰਗੀ ਤਰ੍ਹਾਂ ਜਾਣਦੇ ਸੀਗੇ ਜੀ ਕਿੰਨੇ ਸਾਲਾਂ ਤੋਂ ਆਪਾਂ ਮੈਂ ਇਹਨੂੰ 5 ਸਾਲ ਤੋਂ ਜਾਣਦਾ ਜੀ ਕੁੜੀ ਨੂੰ ਮੈਂ 5 ਸਾਲ ਤੋਂ ਓਕੇ 5 ਸਾਲ ਤੋਂ ਜਾਣਦਾ ਤੁਹਾਡਾ ਮੋਗੇ ਵਿੱਚ ਆਣ ਕੇ ਪੜ੍ਹਨਾ ਇਹ ਸਾਬਤ ਕਰਦਾ ਕਿ ਤੁਸੀਂ ਇਸ ਕੁੜੀ ਦੀ ਖਾਤਰ ਮੋਗੇ ਆਏ ਹੋ ਹਾਂਜੀ 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 ਬਿਲਕੁਲ ਬਿਲਕੁਲ ਇਹ ਸੱਚ ਹੈ ਨਾ ਹਾਂਜੀ ਹਾਂਜੀ ਤੇ ਇਹ ਵੀ ਸੱਚ ਹੈ ਕਿ ਤੇਰਾ ਡੈਡੀ ਦਾ ਕੋਈ ਰਿਸ਼ਤੇਦਾਰ ਨਹੀਂ ਸੀਗਾ ਕੋਈ ਦੋਸਤ ਮਿੱਤਰ ਨਹੀਂ ਸੀਗਾ ਸਿਰਫ ਇੱਕ ਬਹਾਨਾ ਸੀਗਾ ਤੂੰ ਕੁੜੀ ਦੇ ਪਿਆਰ ਵਿੱਚ ਇੰਨਾ ਮਤਲਬ ਡੁੱਬ ਗਿਆ ਸੀਗਾ ਡੈਡੀ ਦੇ ਦੋਸਤ ਸੀਗੇ ਡੈਡੀ ਨੂੰ ਹੁਣ ਮੈਂ ਖੁਦ ਕਿਹਾ ਸੀਗਾ ਵੀ ਮੈਂ ਹੁਣ ਉੱਥੇ ਜਾ ਕੇ ਹੀ ਪੜ੍ਹਨਾ ਆ ਕਿਉਂ ਪੜ੍ਹਨ ਉੱਥੇ ਜਾ ਕੇ ਕਿਹੜੀ ਅਸੀਂ ਪੜ੍ਹਾਈ ਸੀ ਜਿਹੜੀ ਕਿ ਮੋਗੇ ਵਿੱਚ ਹੁੰਦੀ ਸੀ ਕਿਹੜੀ ਅਸੀਂ ਡਿਗਰੀ ਸੀ ਤੂੰ ਵਕਾਲਤ ਕਰਨੀ ਸੀ ਜਿਹੜੀ ਮੋਗੇ ਵਿੱਚ ਕਰ ਸਕਦਾ ਸੀ ਤੂੰ ਆਪ ਹੀ ਡੁੱਬਿਆ ਕਰਦੇ ਨੂੰ ਡੁੱਬਿਆ ਤੂੰ ਇਸ ਕਲੜੀ ਮਗਰ ਲੱਗ ਕੇ 5 ਸਾਲ ਪਹਿਲਾਂ ਤੂੰ ਪਿਆਰ ਦੀਆਂ ਪਿੰਗਾਂ ਪਾਈਆਂ ਤੂੰ ਟੈਲ ਮੀ ਟਰੂ ਜੇ ਤੁਸੀਂ ਪਿਆਰ ਦੀਆਂ ਪਿੰਗਾਂ 5 ਸਾਲ ਪਾਉਂਦੇ ਰਹੇ ਫੇਸਬੁੱਕ ਤੇ ਤਾਂ ਤੁਸੀਂ ਵਿਆਹ ਤੋਂ ਪਹਿਲਾਂ ਸਰੀਰ ਕਲੇਸ਼ ਵੀ ਬਣਾਏ ਹੋਣਗੇ ਫਰਸ਼ ਹੋ ਟੈਲ ਮੀ ਟਰੂ ਡੋਟ ਲਾਈ ਸਰ ਸਰੀਰਕ ਰਿਲੇਸ਼ਨ ਤਾਂ ਪਹਿਲਾਂ ਸਾਡੇ ਵਿੱਚ ਬਣ ਚੁੱਕੇ ਸੀਗੇ ਸੀ ਪਹਿਲਾਂ ਤੁਸੀਂ ਕਿਉਂ ਝੂਠ ਬੋਲੇ ਆ ਉਸੇ ਸੌਰੀ ਸਰੀਰਕ ਰਿਲੇਸ਼ਨ ਸਾਡੇ ਵਿੱਚ ਪਹਿਲਾਂ ਤੋਂ ਬਣ ਚੁੱਕੇ ਸੀਗੇ ਬਾਅਦ ਵਿੱਚ ਹੋਲਡ ਆਨ ਬਾਕੀ ਜੋ ਵੀ ਜਦ ਮੈਂ ਆਪ ਜੀ ਨੂੰ ਪੁੱਛਿਆ ਸੁੰਦਰ ਜੀ ਕਿ ਤੁਹਾਡੇ ਪਹਿਲਾਂ ਰਿਲੇਸ਼ਨ ਬਣੇ ਆ ਤੁਸੀਂ ਕਹਿੰਦਾ ਕਿ ਨਹੀਂ ਹੁਣ ਤੁਸੀਂ ਚੇਂਜ ਕਰ ਲਓ ਸਟੋਰੀ ਟੈਲ ਮੀ ਟਰੂ ਕਿ ਤੁਹਾਡੇ ਰਿਲੇਸ਼ਨ ਵਿਆਹ ਤੋਂ ਪਹਿਲਾਂ ਹੀ ਬਣ ਚੁੱਕੇ ਸੀ ਸਕੂਲ ਜਾਣ ਤੋਂ ਪਹਿਲਾਂ ਹੀ ਤੁਹਾਡੇ ਰਿਲੇਸ਼ਨ ਬਣ ਗਿਆ ਸੀ ਇਹ ਸੱਚ ਹੈ ਤੁਸੀਂ ਕਿੰਨੇ ਚਿਰ ਫੇਸਬੁੱਕ ਤੇ ਰਹੇ ਤੇ ਕਿੰਨੇ ਮਹੀਨਿਆਂ ਬਾਅਦ ਤੁਹਾਡੇ ਸਰੀਰਕ ਸੰਬੰਧ ਬਣ ਗਏ ਸਰੀਰਕ ਸੰਬੰਧ ਬਣਾਏ ਤੁਸੀਂ ਕਿੰਨੇ ਮਹੀਨਿਆਂ ਬਾਅਦ ਬਣਾ ਲਏ ਫੇਸਬੁੱਕ ਦੇ ਜ਼ਰੀਏ ਬੋਲੋ ਆਪਾਂ ਜਦ ਸਕੂਲ ਵਿੱਚ ਫੇਸਬੁੱਕ ਦੇ ਜ਼ਰੀਏ ਸਾਡੀ ਮਤਲਬ ਕਿ ਕੋਈ ਏਦਾਂ ਸਰੀਰਕ ਰਿਲੇਸ਼ਨ ਵਾਲੀ ਗੱਲ ਨਹੀਂ ਹੋਈ ਸਹੀ ਹੈ ਜੀ ਜਦੋਂ ਆਪਾਂ ਸਕੂਲ ਦੇ ਵਿੱਚ ਆਏ ਸੀਗੇ ਸਕੂਲ ਤੋਂ ਬਾਅਦ ਆਪਾਂ 6 ਮਹੀਨੇ ਇਕੱਠੇ ਰਹੇ ਬਾਅਦ ਵਿੱਚ ਸਾਡੇ ਸਰੀਰਕ ਰਿਲੇਸ਼ਨ ਬਣੇ ਆਏ ਸੀ ਬਲਕਿ ਸਕੂਲ ਵਿੱਚ ਪੜ੍ਹਦੇ ਵਿੱਚ ਤੁਸੀਂ ਆਪਸ ਵਿੱਚ ਦੋਨੇ ਸਰੀਰਾਂ ਨੇ ਆਪਸ ਵਿੱਚ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਹਾਂਜੀ ਤਾਂ ਤੁਸੀਂ ਜਦ ਸਰੀਰ ਸੰਬੰਧ ਬਣਾਏ ਆ ਤਾਂ ਉਸ ਤੋਂ ਬਾਅਦ ਤੁਹਾਡੇ ਵਿਆਹ ਤੋਂ ਪਹਿਲਾਂ ਸਰੀਰ ਸੰਬੰਧ ਜਿਹੜੇ ਨੇ ਉਹ ਕੈਮਰੇ ਪੜਦਿਆਂ ਦੇ ਤਾਂ ਤੁਸੀਂ ਸਕੂਲੇ ਘੱਟ ਜਾਂਦੇ ਸੀਗੇ ਤੇ ਸਰੀਰਕ ਸੰਬੰਧਾਂ ਦੇ ਨਾਲ ਜ਼ਿਆਦਾ ਤੁਹਾਡਾ ਮਤਲਬ ਲਗਾ ਸੀ ਤੁਸੀਂ ਆਪਣੀ ਵਾਈਫ ਦੇ ਨਾਲ ਸਕੂਲ ਦੇ ਵਿੱਚ ਜਦੋਂ ਰਿਲੇਸ਼ਨ ਬਣਾਏ ਆ ਸਰੀਰਕ ਬੇਟਾ ਇਹ ਤੁਸੀਂ ਕਿੰਨਾ ਸਮਾਂ ਕਿੰਨੀ ਵਾਰੀ ਬਣਾਏ ਵਿਆਹ ਤੋਂ ਪਹਿਲਾਂ
ਵਿਆਹ ਤੋਂ ਪਹਿਲਾਂ ਆਪਾਂ 10-15 ਵਾਰ ਆਪਾਂ ਜਦੋਂ ਵੀ ਕਿਤੇ ਘੁੰਮਣ ਜਾਣਾ ਜਿਵੇਂ ਅੰਮ੍ਰਿਤਸਰ ਜਾਣਾ ਜਾਂ ਕਿਤਾ ਪਟਿਆਲੇ ਜਾਣਾ ਜਾਂ ਕਿੱਦਾਂ ਵੀ ਜਾਣਾ ਫਿਰ ਸਾਡੇ ਵਿੱਚ ਰਿਲੇਸ਼ਨ ਨੋਰਮਲੀ ਬਣਦੇ ਸੀਗੇ ਤੁਸੀਂ ਨੋਰਮਲ ਜੀਣ ਲੱਗ ਪਿਆ ਜ਼ਿੰਦਗੀ ਜਿਵੇਂ ਤੁਸੀਂ ਹਸਬੈਂਡ ਵਾਈਫ ਹੋ ਕੀ ਤੁਹਾਡੀ ਸੱਸ ਤੁਹਾਡਾ ਸਹੁਰਾ ਉਹ ਤੁਹਾਨੂੰ ਅਲਾਓ ਕਰ ਰਹੇ ਸੀਗੇ ਜੋ ਕੁਛ ਕਰ ਰਹੇ ਸੀ ਤੁਸੀਂ ਇਹ ਬਿਲਕੁਲ ਜੀ ਬਿਲਕੁਲ ਵਿਆਹ ਤੋਂ ਪਹਿਲਾਂ ਮੇਰੀ ਸੱਸ ਸਹੁਰੇ ਨੂੰ ਇਸ ਗੱਲ ਦਾ ਪਤਾ ਸੀਗਾ ਵਿਆਹ ਤੋਂ ਪਹਿਲਾਂ ਮੈਂ ਉਹਨਾਂ ਦੇ ਘਰੇ ਜਾਂਦਾ ਹੁੰਦਾ ਸੀਗਾ ਘਰੇ ਰਾਤ ਰਹਿ ਕੇ ਵੀ ਆਉਂਦਾ ਹੁੰਦਾ ਸੀਗਾ ਓ ਮਾਈ ਗੋਡ ਲਾਮਾ ਲੈਣ ਤੋਂ ਪਹਿਲਾਂ ਹੀ ਜਵਾਈ ਘਰ ਜਾਣ ਲੱਗ ਪਿਆ ਹਾਂਜੀ ਤੇ ਤੈਨੂੰ ਉਹ ਘਰ ਸਲਾਉਣ ਲੱਗ ਪਿਆ ਹਾਂਜੀ ਹਾਂਜੀ ਫਿਰ ਜਿੱਦੇ ਜਿੱਦੇ ਮੈਂ ਫਿਰ ਦੁਬਈ ਤੋਂ ਵਾਪਸ ਗਿਆ ਜਦੋਂ ਤੁਸੀਂ ਜਦੋਂ ਘਰ ਜਾਣ ਲੱਗ ਪਏ ਤੁਸੀਂ ਸੌਣ ਲੱਗ ਪਏ ਤਾਂ ਤੁਸੀਂ ਚੋਰੀ ਸੌਂਦੇ ਸੀ ਜਾਂ ਤੁਹਾਡਾ ਸਹੁਰਾ ਕਹਿੰਦੇ ਸੀ ਬੇਟਾ ਇੱਥੇ ਸੌਂ ਜਾ ਸੱਸ ਕਹਿੰਦੀ ਸੌਂ ਜਾ ਹਾਂ ਇਕੱਠਿਆਂ ਨੂੰ ਪਾਉਂਦੀ ਰਹੀ ਮੇਰੀ ਸੱਸ ਖੁਦ ਪਾਉਂਦੀ ਰਹੀ ਵਿਆਹ ਤੋਂ ਪਹਿਲਾਂ ਤੁਹਾਨੂੰ ਇਕੱਠਿਆਂ ਨੂੰ ਇੱਕ ਰੂਮ ਚ ਸਲਾ ਦਿੰਦੀ ਸੀ ਹਾਂਜੀ ਹਾਂਜੀ ਓ ਮਾਈ ਗੋਡ ਓ ਮੇਰੇ ਰੱਬਾ ਓ ਗੋਡ ਕਿਹੋ ਜਿਹੇ ਲੋਕ ਹੈ ਤੁਸੀਂ ਤੁਹਾਨੂੰ ਸਮਾਜ ਦੀ ਬਿਲਕੁਲ ਸ਼ਰਮ ਹੈ ਨੀ ਇਹਦੀ ਕਲੈਣੀ ਜਿਹੜੀ ਆ ਇਹ ਔਰਤ ਹੈ ਜਿਹੜੀ ਰਵਿੰਦਰ ਕੌਰ ਹੈ ਤੇ ਫੌਜੀ ਜਿਹੜਾ ਗੁਰਨੈਬ ਸਿੰਘ ਆ ਮੈਂ ਹੈਰਾਨ ਹਾਂ ਇਹਦੇ ਕੋਲੋਂ ਕਿ ਆਪਣੇ ਘਰ ਦੇ ਵਿੱਚ ਜਵਾਈ ਹਾਲੇ ਬਣਿਆ ਨਹੀਂ ਆ ਪਹਿਲੇ ਘਰ ਸੱਦ ਕੇ ਉਹਨੂੰ ਤੁਹਾਡੀ ਟੈਲੀਮੀਟਰ ਤੁਹਾਡੀ ਸੱਸ ਕਹਿੰਦੀ ਤੁਸੀਂ ਇਸ ਰੂਮ ਚ ਸੌਂ ਜਾਓ ਹਾਂਜੀ ਹਾਂਜੀ ਤੁਹਾਡਾ ਸਾਰਾ ਕੋਲ ਹੁੰਦਾ ਸੀਗਾ ਸਾਰਾ ਸਭ ਕੋਲ ਹੁੰਦੇ ਸੀਗੇ ਸਾਰੇ ਕੋਲ ਹੁੰਦੇ ਸੀ ਤੁਸੀਂ ਲਾਮਾ ਤੋਂ ਪਹਿਲੇ ਸੌਂ ਗਏ ਇਕੱਠੇ ਤੁਸੀਂ ਦੀਵਾਲੀ ਤੋਂ ਪਹਿਲੇ ਪਟਾਕੇ ਵਜਾਤੇ ਓ ਮਾਈ ਗੋਡ ਸ਼ੇਮ ਫਾਰ ਯੂ ਗਾਈਸ ਇਹੋ ਜਿਹੇ ਵਿਆਹ ਕਿਵੇਂ ਰਹਿ ਸਕਦੇ ਆ ਇਹੋ ਜਿਹੇ ਵਿਆਹ ਕਿਵੇਂ ਰਹਿ ਸਕਦੇ ਆ ਤੁਸੀਂ ਕੀ ਐਕਸਪੈਕਟ ਕਰਦੇ ਹੋ ਤੁਸੀਂ ਹੁਣ 7 ਲੱਖ ਰੁਪਈਏ ਦਾ ਕਲੇਮ ਕਰ ਰਹੇ ਹੋ 5 ਤੋਲਿਆਂ ਦਾ ਕਲੇਮ ਕਰ ਰਹੇ ਹੋ ਦੂਜਾ ਵੱਡਾ ਕਲੇਮ ਕਰ ਰਹੇ ਜਿਹਨੂੰ ਪਿਆਰ ਕਰਦੇ ਸੀਗੇ ਉਹ ਜਿਹੜੀ ਆ ਫਰਾਰ ਹੋ ਚੁੱਕੀ ਆ ਤਾਂ ਹੁਣ ਉਹ ਮਲੇਸ਼ੀਆ ਵਿੱਚ ਰਹਿ ਰਹੀ ਆ ਮੋਨੂ ਨਾਲ ਰਹਿ ਰਹੀ ਆ ਹੁਣ ਮੋਨੂ ਨੂੰ ਛੱਡ ਕੇ ਘੋਨੂ ਕੋ ਚੱਲ ਜਾਊਗੀ ਮੈਨੂੰ ਬਸ ਤਾਂ ਇਨਸਾਨ ਚਾਹੀਦਾ ਜੀ ਤੁਸੀਂ ਗੱਲਬਾਤ ਕੀਤੀ ਆ ਆਪਣੀ ਵਾਈਫ ਨਾਲ ਕਦੋਂ ਗੱਲ ਕੀਤੀ ਤੁਹਾਡੇ ਨਾਲ ਮੈਨੇ ਅੱਜ ਤੋਂ 20 ਦਿਨ ਪਹਿਲਾਂ ਗੱਲ ਹੋਈ ਸੀਗੀ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਨੂੰ ਮੇਰੇ ਮਾਂ ਪਿਓ ਵੱਲੋਂ ਉੱਥੋਂ ਵਾਪਸ ਨਹੀਂ ਆ ਦਿੱਤਾ ਜਾ ਰਿਹਾ ਮੈਂ ਆਉਣਾ ਚਾਹੁੰਦੀ ਹਾਂ ਵਾਪਸ ਤੇਰੇ ਕੋਲ ਨਹੀਂ ਤੇਰੀ ਵਾਈਫ ਕਹਿੰਦੀ ਹੈ ਕਿ ਮੈਂ ਆਉਣਾ ਚਾਹੁੰਦੀ ਪਰ ਮੇਰੀ ਮਾਂ ਨਹੀਂ ਮੰਨਦੀ ਮੇਰੀ ਮਾਂ ਨਹੀਂ ਆਉਣ ਦਿੰਦੀ ਮੇਰੀ ਮਾਂ ਕਹਿੰਦੀ ਤੂੰ ਇਸ ਮੁੰਡੇ ਨਾਲ ਰਹਿ ਕਿ 5-6 ਸਾਲ ਵਾਪਸ ਨਾ ਆਪੇ ਉਹਨੇ ਜੇ ਨੂੰ ਕੁਝ ਨਿਪੜ ਜੂਗਾ ਤੇ ਫਿਰ ਆਪੇ ਇਹ ਚੁੱਪ ਕਰਕੇ ਬੈਠ ਜੂ ਤੂੰ ਆਪਣੇ ਬੇਟਾ ਤੇਰੀ ਮੈਰਿਜ ਰਜਿਸਟਰ ਹੋਈ ਆ ਮੇਰੀ ਮੈਰਿਜ ਦਾ ਸਰਟੀਫਿਕੇਟ ਜਿਹੜਾ ਉਹ ਗੁਰਦੁਆਰੇ ਦਾ ਜੀ ਮੇਰੇ ਕੋਲ ਤੇ ਤੁਸੀਂ ਮੈਰਿਜ ਰਜਿਸਟਰ ਕਿਉਂ ਨਹੀਂ ਕਰਾਈ 4 ਮਹੀਨੇ ਰਹੇ ਇੰਡੀਆ ਚ ਇਹਨਾਂ ਬਸ ਦਾ ਖਿਆਲ ਨਹੀਂ ਗਿਆ ਮੈਂ ਤਾਂ ਕਿਹਾ ਸੀਗਾ ਇਹਨਾਂ ਕੋਲੇ ਰਹਿਣਾ ਨਾ ਕਿਤੇ ਚਲ ਜਾਣਾ ਵੀ ਡੈਡੀ ਕਹਿੰਦੇ ਸੀਗੇ ਬਾਅਦ ਹੀ ਕਰਵਾ ਨਹੀਂ ਤੁਸੀਂ ਚੂੰਚਾ ਕਰਨ ਤੁਹਾਡਾ ਪੂਰਾ ਖਿਆਲ ਹੈ ਵਿਆਹ ਤੋਂ ਪਹਿਲਾਂ ਚੂੰਚਾ ਕਰਦੇ ਹੋ ਤੇ ਕਰਨ ਵਾਲੀ ਚੀਜ਼ ਉਹ ਕਰਦੇ ਨਹੀਂ ਹੋ ਮੈਂ ਹੈਰਾਨ ਹਾਂ ਨਵੀਂ ਪੀੜ੍ਹੀ ਤੋਂ ਤੁਹਾਨੂੰ ਸਿਰਫ ਪਿਆਰ ਸਰੀਰ ਕੇ ਭੁੱਖ ਹੈ ਤੁਹਾਨੂੰ ਸਿਰਫ ਲੋਕਾਂ ਨੂੰ ਤੁਹਾਨੂੰ ਸਮਾਜ ਦੀ ਕੋਈ ਸ਼ਰਮ ਹੈ ਨਹੀਂ ਹੈ ਸ਼ਰਮ ਹੈ ਜਿਹੜੀ ਤੇਰੇ ਸੱਸ ਸਹੁਰੇ ਨੂੰ ਚਾਹੀਦੀ ਆ ਪਿੰਡ ਭੋਲੀਆਂ ਦੇ ਲੋਕ ਕਿੰਨੇ ਲੋਕ ਸਹੁਰੇ ਹੋਣਗੇ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ ਪਿੰਡ ਦੇ ਵਿੱਚ ਐਸੀ ਕਲੈਣੀ ਤੇ ਇੱਕ ਐਸਾ ਕਲੈਣਾ ਆ ਤੇ ਕਲੈਣੀ ਪਾਉਣ ਵਾਲਾ ਜਿਹੜਾ ਮੋਰ ਹੈ ਇਹ ਤੁਹਾਡੇ ਪਿੰਡ ਦੇ ਵਿੱਚ ਕਿਵੇਂ ਪਹਿਲਾਂ ਪਾਉਂਦਾ ਰਿਹਾ ਵਿਆਹ ਤੋਂ ਪਹਿਲਾਂ ਓ ਮਾਈ ਗੋਡ ਤੁਹਾਡੇ ਆਂਢ ਗੁਆਂਢ ਪਤਾ ਸੀ ਤੁਹਾਡੇ ਪਿੰਡ ਦੇ ਵਿੱਚ ਤੂੰ ਕਿ ਜਵਾਈ ਨਾ ਲੱਗਦਾ ਤਾਂ ਮਤਲਬ ਵਿਆਹ ਤੋਂ ਪਹਿਲਾਂ ਆਉਣ ਲੱਗ ਪਿਆ ਇਹਨਾਂ ਦੇ ਆਂਢ ਗੁਆਂਢ ਸਾਰਿਆਂ ਨੂੰ ਪਤਾ ਸੀਗਾ ਇਹਨਾਂ ਦੇ ਘਰ ਦੇ ਮੂਹਰੇ ਦੁਕਾਨ ਆ ਦਰਜੀ ਆ ਉਹਨੂੰ ਸਾਰਾ ਪਤਾ ਸੀਗਾ ਕਿ ਇਹ ਆਉਂਦਾ ਮੁੰਡਾ ਜਾਂਦਾ ਤੇ ਉਹ ਕਹਿੰਦੇ ਹੁੰਦੇ ਸੀ ਕਿ ਤੂੰ ਮਤਲਬ ਜਵਾਈ ਇਸ ਪਿੰਡ ਦਾ ਘਰ ਦਾ ਤੇ ਤੂੰ ਕਿਹਾ ਸੀ ਮੇਰੀ ਗਰਲਫ੍ਰੈਂਡ ਹੈ ਇਹ ਜੀ ਮੇਰੀ ਗੱਲ ਸੁਣੋ ਆਪਾਂ ਇਹ ਇਹਨਾਂ ਨੇ ਮੈਨੂੰ ਜਿਹਦੇ ਮੈਂ ਇਹਨਾਂ ਦੇ ਘਰੇ ਜਾਂਦਾ ਹੁੰਦਾ ਸੀਗਾ ਵਿਆਹ ਤੋਂ ਬਾਅਦ ਵੀ ਤੇ ਵਿਆਹ ਤੋਂ ਪਹਿਲਾਂ ਵੀ ਇਹਨਾਂ ਜੇ ਮੈਂ ਅੰਦਰ ਚਲ ਗਿਆ ਗੇਟ ਤੋਂ ਗੇਟ ਬੰਦ ਕਰ ਦੇਣਾ ਨਾ ਬਾਹਰ ਨਿਕਲ ਦੇਣਾ ਕਰੋ ਨਾ ਅੰਦਰ ਜਾਂਦਾ ਮੈਂ ਤੁਹਾਨੂੰ ਅੰਦਰ ਬਾਹਰ ਦਿੰਦੀ ਸੀ ਹਾਂ ਤੇ ਤੁਹਾਨੂੰ ਤੁਸੀਂ ਰਾਤ ਨੂੰ ਲੇਟ ਆਉਂਦੇ ਸੀਗੇ ਘਰ ਰਾਤ ਨੂੰ ਲੇਟ ਹੀ ਆਉਂਦੇ ਸੀਗੇ ਜੀ ਘਰ ਮਤਲਬ ਨੇਰੇ ਹੋਏ ਆਉਣਾ ਤੇ ਤੁਹਾਨੂੰ ਅਰਲੀ ਮਾਰਨਿੰਗ ਕਹਿਣਾ ਕਿ ਤੁਸੀਂ ਚਲ ਜਾਓ ਕੋਈ ਦੇਖ ਨਾ ਲਵੇ ਨਹੀਂ ਨਹੀਂ ਮਾਰਨਿੰਗ ਟਾਈਮ ਵੀ ਮੈਂ ਰਹਿੰਦਾ ਰਿਹਾ ਦਿਨੇ ਕਿਸੇ ਵਕਤ ਮੈਂ ਦਿਨੇ ਵੀ ਆਉਂਦਾ ਰਿਹਾ ਕਿਸੇ ਵਕਤ ਰਾਤ ਨੂੰ ਵੀ ਆਉਂਦਾ ਰਿਹਾ ਪਰ ਮੈਨੂੰ ਉਦੋਂ ਮੇਰੇ ਨਾਲ ਪੂਰੇ ਸਹਿਮਤ ਸੀਗੇ ਅੱਜ ਮੈਨੂੰ ਮਾਰਾ ਦੱਸਦੇ ਜਦੋਂ ਮੇਰੇ ਕੋਲ ਪੈਸੇ ਲੈ ਕੇ ਜਦੋਂ ਤੁਸੀਂ ਆਉਂਦੇ ਸੀਗੇ ਵਿਆਹ ਤੋਂ ਪਹਿਲਾਂ ਤੁਸੀਂ ਕਿੰਨਾ ਖਰਚਾ ਦਿੰਦੇ ਸੀ ਆਪਣੀ ਸੱਸ ਨੂੰ ਆਪਣੀ ਘਰਵਾਲੀ ਨੂੰ ਕਿੰਨਾ ਪੈਸਾ ਖਰਚਿਆ ਵਿਆਹ ਤੋਂ ਪਹਿਲਾਂ ਵੀ ਮੇਰੀ ਘਰਵਾਲੀ ਨੇ ਕੋਈ ਵੀ ਸਮਾਨ ਲੈਣਾ ਕਦੀ ਉਹਨੇ ਆਪਣੀ ਮਾਂ ਨੂੰ ਨੀ ਕਿਹਾ ਕਦੀ ਉਹਨੇ ਆਪਣੇ ਪਿਓ ਨੂੰ ਨੀ ਕਿਹਾ ਸਗੋਂ ਇਹਦੀ ਮਾਂ ਵੀ ਮੇਰੇ ਕੋਲ ਪੈਸੇ ਲੈ ਕੇ 10,000-15,000 ਲੈ ਕੇ ਵਰਤਦੀ ਰਹੀ ਹੈ ਅੱਜ ਮੈਨੂੰ ਕਹਿੰਦੀ ਆ ਵੀ ਤੂੰ ਮਾੜਾ ਅੱਛਾ ਇਹਦੀ ਜਿਹੜੀ ਮਾਂ ਆ ਤੁਹਾਡੀ ਕਲੈਣੀ ਦੀ ਇਹ ਦੂਜੀ ਕਲੈਣੀ ਵੱਡੀ ਕਲੈਣੀ ਤੇ ਇੱਕ ਛੋਟੀ ਕਲੈਣੀ ਦੋ ਹੋ ਗਈਆਂ ਤੇ ਇਹ ਤੁਹਾਡੀ ਸੱਸ ਜਿਹੜੀ ਆ ਇਹ ਬਣੀ ਨਹੀਂ ਸੀ ਪਹਿਲੇ ਪੈਸੇ ਲੈਣ ਲੱਗ ਪਈ ਤੇਰੇ ਕੋਲੋਂ ਖਰਚਣ ਲਈ ਹਾਂਜੀ 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 ਤੇ ਇਹਦੇ ਵਿੱਚ ਕਮਜ਼ੋਰੀ ਆ
एक शरीर की भुख करके तू कर दे रहा तू अपनी मां नूं पेट दस्या चीजा हो रही पैसा तू बर्बाद किया मां पे का साडे फादर दे किन्नी इनकम आ साडे फादर काम की करते आ मेरे फादर कोई तो अपनी कुछ जमीन है जी तीन चार किले अपनी जमीन है मशीन है जेसीबी ट्रैक्टर असीं काम करते हैं कंस्ट्रक्शन का काम करते हैं मतलब जिहड़ा तेरे पेक मारे सख्त मेहनत नाल ओह तू गवा लई आ ओह गवा लई आ जो मैं कमाया सीगा मैं सब गवा चुकिया ते मेरे पैसे भी गवा लिया तू घर वाली भी गवा ली तू जिंदगी दे विच अपना इन्ने सालां दा सख्त मेहनत नाल कमाया होया पैसा नहीं तू शरीर भी जिहड़ा ओह भी अपना गवा लिया तू बदनामी भी कट्टी हां जी हां जी मेरे मां प्यो इस टाइम बहुत बैड फील करते पे ने बहुत शर्म महसूस करते पे ने इस गल नूं मेरे मां प्यो तो डरते घरों बाहर नहीं निकलते साडे पिंड दे लोग भी मजाक करते नोहता करके की है छोटे का मेरे नाल व्याह दी फोटो मां खलोती है प्यो खलोता दोनों खड़े ने मेरे नाल साहब जी आए ने हुण दिखाओ इन्होंने मां ते प्यो दिखा लो ताकि महसूस कर सकन हुण 7 लाख रुपए तुसीं देखा तुहाडे अकाउंट विच है जां नहीं नहीं है जी बिल्कुल खाली है मेरे हिसाब नाल जां ते मेरी सस दे अकाउंट विच होएगा जां मेरे सौरा साहब दे जां मेरी वाइफ दे अकाउंट विच होएगा तो हुण जिहड़ा मोनू आ कोनू आ तो वह जिहड़ा आ उहदे कोल भी पैसे लै लूगी उहनां नूं ब्याह करा लिया जो उंज रह रही है उहदे नाल नहीं नहीं उंज ही रह रही है बिना ब्याह तो जिन्ना चिर मेरे नाल डिवोर्स नहीं हुंदा बासी साहब उहदा ब्याह नहीं करा सकदी उहदे नाल किवें रहूगी उहदे नाल बाकी इह गल कहिंदी आ मेरी सस मेरी मेरी वाइफ नूं खुद एग्री करदी है कि तू उत्थे रह दो चार साल आण आपे थक हार के बह जूगा पर बासी साहब मैं बहना नहीं है मैनूं इंसाफ सीगा नहीं तू करूंगा की हुण दस की करूंगा व्हाट यू कैन डू तू अप्लाई कोर्ट दे विच केस कर दूंगा यही करूं होर कर लूंगा यही तो कर लूंगा बस ये कहती मेरी कुड़ी ने रहना नहीं करना मेरी कुड़ी ने रहना नहीं करना कुड़ी मैंने खुद कह दे भी मैं नहीं रहना तो मेरे नाल जो नबेड़ना मेरे नाल नबेड़ लैन मेरे नाल डिवोर्स साइन कर लैन मैं की कहना इन्हां नूं बासी साहब ਤੁਸੀਂ ਜੋ ਹੋਣਾ ਆ ਮੇਰਾ ਇੱਕ ਬੱਚਾ ਲਿਆ ਬੱਚੇ ਤੇ ਅਸੀਂ ਜ਼ਬਰਦਸਤੀ ਅਬੋਰਸ਼ਨ ਕੀਤਾ ਤੁਹਾਨੂੰ ਪਤਾ ਕਿ ਕਿੰਨੀ ਸਜ਼ਾ ਇਸ ਚੀਜ਼ ਦੀ ਆ ਮੈਨੂੰ ਪਤਾ ਬਾਸੀ ਸਾਹਿਬ ਪਰ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਨਾ ਮੇਰੇ ਸੱਸ ਸਹੁਰੇ ਨੂੰ ਮੇਰੀ ਵਾਈਫ ਨੂੰ ਮਿਲਣੀ ਚਾਹੀਦੀ ਨਾ ਜਿਨ੍ਹਾਂ ਨੇ ਇਹ ਕੰਮ ਕੀਤਾ ਪਰ ਤੈਨੂੰ ਵੀ ਸਜ਼ਾ ਮਿਲਣੀ ਚਾਹੀਦੀ ਤੂੰ ਵਿਆਹ ਤੋਂ ਪਹਿਲਾਂ ਜਿਹੜੇ ਪਟਾਕੇ ਵਜਾਏ ਵਿਆਹ ਦੇ ਉਹ ਕਿਉਂ ਵਜਾਏ ਆ ਪਹਿਲਾਂ ਦੱਸ ਉਹਦੀ ਸਜ਼ਾ ਕੌਣ ਲਊਗਾ ਤੂੰ ਪਹਿਲਾਂ ਵਿਆਹ ਤੋਂ ਪਹਿਲਾਂ ਚੂਚਾ ਕਿਉਂ ਕੀਤਾ ਬਾਸੀ ਸਾਹਿਬ ਸਾਡੇ ਦੋਨਾਂ ਦੋਨੇ ਅਸੀਂ ਐਗਰੀ ਸੀਗੇ ਨਾ ਇਸ ਚੀਜ਼ ਨੇ ਜਾਂ ਮੈਂ ਉਹਦੇ ਨਾਲ ਜ਼ਬਰਦਸਤੀ ਕੋਈ ਕੰਮ ਕੀਤਾ ਹੋਵੇ ਤਾਂ ਮੈਂ ਤਾਂ ਮੁਸਲਿਮ ਸਟੋਰੀ ਮਕਸਦ ਸਾਡਾ ਕੰਮ ਇਹ ਆ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜਿੰਨੀ ਜਲਦੀ ਕਰਦੇ ਹੋ ਜਿੰਨਾ ਤੁਸੀਂ ਚੋਰੀ ਲੁਕਾਉਂਦੇ ਹੋ ਤੂੰ ਆਪਣੇ ਮਾਂ ਪਿਓ ਨੂੰ ਦੱਸਿਆ ਸੀਗਾ ਕਿ ਮੈਂ ਮੋਗੇ ਪੜ੍ਹਨ ਦਾ ਮੇਰਾ ਕਾਰਨ ਕੀ ਹੈ ਕਿ ਮੇਰੀ ਇੱਕ ਸਹੇਲੀ ਬਣਾਈ ਹੋਈ ਹੈ ਤੂੰ ਆਪਣੀ ਮਾਂ ਨੂੰ ਦੱਸਿਆ ਸੀ ਜਿਹੜਾ ਇਨਸਾਨ ਆਪਣੀ ਮਾਂ ਦੇ ਨਾਲ ਝੂਠ ਬੋਲਿਆ ਪੇ ਨਾਲ ਝੂਠ ਬੋਲਿਆ ਉਹਦਾ ਰਿਜ਼ਲਟ ਇਹੋ ਜਿਹਾ ਆਉਣਾ ਆ ਜੇ ਤੂੰ ਆਪਣੀ ਮਾਂ ਦਾ ਨਹੀਂ ਸਕਾ ਜੇ ਤੂੰ ਜਨਮ ਦਿੱਤਾ ਜਿਨ ਤੇਰੇ ਪੈਦਾ ਕੀਤਾ ਪੇ ਸਕਾ ਨਹੀਂ ਹੈ ਤੂੰ ਬੇਟਾ ਸਕਾ ਕਿਹਦਾ ਹੈ ਤੇ ਤੇਰੇ ਸਕਾ ਬਣੂ ਕੌਣ ਇਹ ਤਾਂ ਗੱਲ ਪਾਸੀ ਸਾਹਿਬ ਤੇਰੀ ਬਿਲਕੁਲ ਸਹੀ ਹੈ ਹੁਣ ਤੂੰ ਕੀ ਦੁਨੀਆਂ ਨੂੰ ਕਹਿਣਾ ਕੀ ਚਾਹੁੰਦਾ ਹੈ ਉਹਨਾਂ ਲੋਕਾਂ ਨੂੰ ਕਿ ਜਿਹੜੇ ਲੋਕ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਹੀ ਨੇ ਪਿਆਰ ਕਰਦੇ ਨੇ ਚੋਰੀ ਮਾਂ ਬਾਪ ਨੂੰ ਦੱਸਦੇ ਨਹੀਂ ਤੂੰ ਹੋਰ ਕਹਿਣਾ ਕੀ ਚਾਹੁੰਦੇ ਆ ਕੀਤੀ ਹੋਈ ਗਲਤੀ ਦਾ ਪਛਤਾਵਾ ਹੈ ਉਹ ਗਲਤੀ ਲੋਕਾਂ ਦੇ ਸੁੱਖ ਪਾਈ ਮੁੜ ਕੇ ਕਦੇ ਕਿਸੇ ਕੁੜੀ ਨਾਲ ਪਿਆਰ ਨਾ ਕਰੋ ਕਰਦੇ ਹੋ ਤਾਂ ਮਾਂ ਪਿਓ ਨੂੰ ਸਹੀ ਅਸਲੀਅਤ ਦੱਸੋ ਤੂੰ ਪੁੱਛਿਆ ਸੀ ਜਾਣਾ ਸੀ ਕਿ ਟੱਬਰ ਇਹ ਪਰਿਵਾਰ ਕਿਹੋ ਜਿਹਾ ਹੈ ਪਿੰਡ ਵਿੱਚ ਤੂੰ ਪਤਾ ਕੀਤਾ ਪਰਿਵਾਰ ਕਿਹੋ ਜਿਹਾ ਹੈ ਸੱਸ ਕਿਹੋ ਜਿਹੀ ਆ ਇਹੀ ਤਾਂ ਗਲਤੀ ਹੋ ਗਈ ਬਾਸੀ ਸਾਹਿਬ ਜਦੋਂ ਮੈਂ ਇਹਨਾਂ 3 ਸਾਲ 4 ਸਾਲ ਗੱਲ ਕਰਦਾ ਰਿਹਾ ਇਹਨਾਂ ਮੈਨੂੰ ਤਾਂ ਇਹੀ ਸੀਗਾ ਸੱਸ ਵੀ ਸਹੀ ਆ ਮੇਰੇ ਸਾਰੇ ਮੇਰੇ ਨਾਲ ਰਹਿੰਦੇ ਨੇ ਮੇਰੇ ਨਾਲ ਐਗਰੀ ਨੇ ਸਾਰੇ ਮੈਨੂੰ ਇਸੇ ਚੀਜ਼ ਦੇ ਵਿੱਚ ਨਾਲ ਕੇ ਵਿਆਹ ਕਰਵਾ ਲਿਆ ਬਸ ਮੈਂ ਇੰਨਾ ਪਤਾ ਪੁਤਾ ਨਹੀਂ ਕੀਤਾ ਮੈਂ ਤਾਂ ਸਾਰਿਆਂ ਨੂੰ ਇਹੀ ਸੁਝਾਅ ਦੇਣਾ ਚਾਹੁੰਦਾ ਕਿ ਕਦੇ ਵੀ ਜਿੱਦਾਂ ਦਾ ਮੈਂ ਸਟੈਪ ਚੁੱਕਿਆ ਮੇਰੀ ਨੂੰ ਕੋਈ ਵੀ ਇਦਾਂ ਦਾ ਗਲਤ ਸਟੈਪ ਨਾ ਚੁੱਕੋ ਆਪਣੀ ਮੇਰੀ ਇਸ ਵਿੱਚ ਘੋਲੀਏ ਪਿੰਡ ਰਸਤਾ ਵੀ ਆ ਵੈਸੇ ਨਹੀਂ ਘੋਲੀਏ ਪਿੰਡ ਦੀ ਮੋਗੇ ਰਿਸ਼ਤੇਦਾਰੀ ਹੈ ਜੀ ਸਾਡੀ ਮੋਗੇ ਰਿਸ਼ਤੇਦਾਰੀ ਹੈ ਨਾਲ ਕਹਿੰਦੇ ਮੇਰੇ ਡੈਡੀ ਦੇ ਦੋਸਤ ਆ ਹੁਣ ਕਹਿੰਦੇ ਰਿਸ਼ਤੇਦਾਰੀ ਹੋ ਗਈ ਨਹੀਂ 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 ਮੋਗੇ ਮੋਗੇ ਜੀ ਮੋਗੇ 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 ਘੋਲੀਏ ਨੋ ਆਈ ਨੋ ਬਟ ਤੂੰ ਪਹਿਲਾਂ ਸਟੇਟ ਕੀਤੀ ਸੀ ਕਿ ਬਰਨਲ ਮੋਗੇ ਮੇਰੇ ਡੈਡੀ ਦਾ ਫਰੈਂਡ ਆ ਉਹਨੇ ਉੱਥੇ ਮੈਂ ਪੜਨ ਦਾ ਸੀ ਆ ਮੋਗੇ ਦੇ ਨੇੜੇ ਡੈਡੀ ਦੇ ਫਰੈਂਡ ਨੇ ਧਰਮਕੋਟ ਪਿੰਡ ਪੈਂਦਾ ਉੱਥੇ ਡੈਡੀ ਦੇ ਫਰੈਂਡ ਨੇ ਮੈਂ ਉਹਨਾਂ ਕੋਲ ਰਹਿੰਦਾ ਹੁੰਦਾ ਸੀ
ਸਿਰਫ ਇਸ ਕਰਕੇ ਤੇ ਡੈਡੀ ਨੂੰ ਸ਼ੱਕ ਨਹੀਂ ਪਈ ਕਿ ਮੁੰਡਾ ਜਿਹੜਾ ਪੜ੍ਹਨ ਉੱਥੇ ਤੋਂ ਜਾਂਦਾ ਆ ਡੈਡੀ ਨੂੰ ਸ਼ੱਕ ਪਿਆ ਸੀਗਾ ਡੈਡੀ ਮੈਨੂੰ ਕੁਝ ਤੋਂ ਇੱਥੇ ਪੜ੍ਹਨਾ ਮੈਂ ਕਿਹਾ ਜੀ ਮੈਂ ਇੱਥੇ ਪੜ੍ਹਨਾ ਇੱਥੇ ਵਧੀਆ ਮਤਲਬ ਕਿ ਪਰਸੈਂਟੇਜ ਵਧੀਆ ਆ ਜੂਗੀ ਮੈਂ ਟਰੱਕ ਚਲਾਉਣਾ ਮੇਰਾ ਵੈਸੇਗਾ ਲਾਇਸੈਂਸ ਬਣ ਜੂਗਾ ਤੇ ਲਾਇਸੈਂਸ ਬਣ ਜੂਗਾ ਦੁਬਈ ਤੋਂ ਬਾਅਦ ਕੈਨੇਡਾ ਵਗੈਰਾ ਨੂੰ ਜਾਵਾਂਗੇ ਪਰ ਮੇਰੇ ਤਾਂ ਸਾਰੇ ਕਮਾਈ ਇਹ ਕਾਗਜ਼ ਕੀ ਹੋਣਗੇ ਮੇਰੇ ਪੱਲੇ ਕੁਝ ਨਹੀਂ ਰਹਿ ਗਿਆ ਵਿਆਹ ਤੋਂ ਪਹਿਲਾਂ ਵੀ ਤੁਸੀਂ ਅਬੋਰਸ਼ਨ ਕਰਾਇਆ ਕੋਈ ਨਾ ਨਾ ਜੀ ਨਾ ਨਾ ਵਿਆਹ ਤੋਂ ਪਹਿਲਾਂ ਇੱਦਾਂ ਦਾ ਕੁਛ ਨਹੀਂ ਕਰਵਾਇਆ ਕਿੰਨੀ ਵਾਰੀ ਅਬੋਰਸ਼ਨ ਕਰਾਇਆ ਟੈਲ ਮੀ ਟਰੂ ਝੂਠ ਨਾ ਬੋਲੀ ਨਹੀਂ 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 ਵਿਆਹ ਤੋਂ ਪਹਿਲਾਂ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਹੋਈ ਇਹ ਮੈਂ ਸੱਚ ਆਪਣੇ ਮਾਂ ਪਿਓ ਦੀ ਕਸਮ ਖਾ ਕੇ ਇਹ ਚੀਜ਼ ਨੂੰ ਕਹਿੰਦਾ ਸੀ ਵਿਆਹ ਤੋਂ ਪਹਿਲਾਂ ਨਹੀਂ ਆਪਾਂ ਇੱਦਾਂ ਦਾ ਕੁਝ ਵੀ ਕੀਤਾ ਇਹਨੇ ਕੀਤਾ ਹੁਣ ਕੀਤਾ ਇਹਨੇ ਜਦੋਂ ਵਿਆਹ ਤੋਂ ਬਾਅਦ ਸਾਡਾ ਕੋਈ ਪਰ ਇਹ ਸੱਚ ਹੈ ਕਿ ਤੂੰ ਵਿਆਹ ਤੋਂ ਪਹਿਲਾਂ ਰਿਲੇਸ਼ਨ ਬਣਾਇਆ ਆਪਣੀ ਵਾਈਫ ਨਾਲ ਬਹੁਤ ਜ਼ਿਆਦਾ ਬਣੇ ਨੇ ਥੋੜੇ ਬਹੁਤੇ ਉਹਨੇ ਬਣੇ ਬਹੁਤ ਜ਼ਿਆਦਾ ਬਣੇ ਨੇ ਬਣੇ ਨੇ ਸਾਡੇ ਤੋਂ ਸਾਰੇ ਤੇ ਉਹਨਾਂ ਦੇ ਘਰ ਵਿਆਹ ਤੋਂ ਪਹਿਲਾਂ ਉਹਨੂੰ ਘਰ ਵਿੱਚ ਵੀ ਬਣ ਜਾਂਦੇ ਸੀਗੇ ਜੋ ਜਾਂਦਾ ਸੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮੈਂ ਦੋ ਦੋ ਤਿੰਨ ਤਿੰਨ ਦਿਨ ਉਹਨਾਂ ਦੇ ਘਰੇ ਰਹਿੰਦਾ ਸੀਗਾ ਤੇ ਤੁਸੀਂ ਇਕੱਠੇ ਇੱਕ ਰੂਮ ਵਿੱਚ ਸੌਂਦੇ ਸੀਗੇ ਇੱਕ ਰੂਮ ਵਿੱਚ ਸੌਂਦੇ ਸੀਗੇ ਤੇ ਤੁਹਾਡੀ ਸੱਸ ਆਗਿਆ ਦਿੰਦੀ ਤੁਸੀਂ ਜਿਹੜੇ ਆ ਤੁਸੀਂ ਸੌ ਸਕਦੇ ਆ ਦਿੰਦੀ ਸੀਗੀ ਅੱਛਾ ਸੱਸ ਖੁਦ ਸੱਸ ਖੁਦ ਬੈੱਡ ਦੇ ਉੱਤੇ ਕੱਪੜੇ ਵਿਛਾ ਕੇ ਦਿੰਦੀ ਸੀਗੀ ਸੌਣ ਨੂੰ ਸਾਨੂੰ ਓ ਮਾਈ ਗੋਡ ਤੁਹਾਡੀ ਕਿਹੋ ਜਿਹੀ ਸੱਸ ਹੈ ਆ ਜਿਹੜੀ ਸੱਸ ਆ ਜਿਹੜੀ ਆ ਉਹ ਰਵਿੰਦਰ ਕੌਰ ਮੇਰੀ ਸੱਸ ਆ ਜੀ ਜਿਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਕੇਸ ਰੱਖੇ ਹੋਏ ਨੇ ਉਹ ਮੇਰੇ ਕੀ ਨਾਲ ਇਹਦਾ ਸਹੁਰਾ ਸਾਹਿਬ ਨੇ ਉਹਨਾਂ ਅੰਮ੍ਰਿਤ ਛਕਿਆ ਹੋਇਆ ਤੇ ਤੁਹਾਡੀ ਸੱਸ ਨੇ ਪੀੜੀ ਚੁਣੀ ਲਈ ਹੋਈ ਆ ਤਾਂ ਇਹ ਤੁਹਾਡੀ ਸੱਸ ਹੈ ਇਹਨਾਂ ਨੇ ਵੀ ਅੰਮ੍ਰਿਤ ਛਕਿਆ ਹੋਇਆ ਇਹਨਾਂ ਨੇ ਨੀ ਅੰਮ੍ਰਿਤ ਛਕਿਆ ਜੀ ਤੇ ਇਹ ਆਹ ਕੰਮ ਕਰਦੀ ਆ ਇੱਕ ਤਾਂ ਸਾਰ ਨਾਲੋਂ ਵੱਡੀ ਇੱਕ ਤਾਂ ਸਾਰ ਨਾਲੋਂ ਬਸ ਤਾਂ ਵੱਡੀ ਗੱਲ ਇਵੇਂ ਮੇਰੇ ਸਹੁਰਾ ਸਾਹਿਬ ਨੇ ਅੰਮ੍ਰਿਤ ਛਕਿਆ ਆ ਵੇਖੋ ਕਿ ਇਹ ਜਿੰਨਾ ਚਿਰ ਉੱਥੇ ਕਿਤੇ ਗੁਰਦੁਆਰੇ ਜਾਣਾ ਇਹਨਾਂ ਉਨਾ ਚਿਰ ਪਾਉਣਾ ਘਰ ਆਣ ਕੇ ਸ਼੍ਰੀ ਸਾਹਿਬ ਲਾ ਦੇਣਾ ਬਹੁਤ ਵੱਡੀ ਬੇਅਦਬੀ ਕਰਦਾ ਪਿਆ ਇਹ ਬੰਦਾ ਓ ਮਾਈ ਗੋਡ ਅੱਛਾ ਇਹ ਬੇਅਦਬੀ ਕਰ ਰਿਹਾ ਮਤਲਬ ਅੰਮ੍ਰਿਤ ਛਕ ਕੇ ਮਿੱਟੀ ਪੱਟਣਾ ਉਹਨਾਂ ਦੀ ਕੋਈ ਚੱਕਰ ਵੱਕਰ ਚੋਰੀ ਆਲੇ ਬੰਦੇ ਮਤਲਬ ਕੇ ਸਾਊ ਹੈ ਨੀ ਮੈਨੂੰ ਲੱਗਦਾ ਪਤਾ ਹੀ ਨੀ ਲੱਗਿਆ ਉਹਨਾਂ ਦਾ ਉਹਨਾਂ ਨੂੰ ਤੇਰੇ ਬਾਰੇ ਸਾਡੇ ਸਤਿਕਾਰਯੋਗ ਨੇ ਜਿੱਤ ਸੀ ਘੋਲੀਆ ਸਾਹਿਬ ਨੂੰ ਮੈਨੂੰ ਪਤਾ ਨੀ ਘੋਲੀਆ ਸਾਹਿਬ ਉਹਨਾਂ ਦਾ ਵੱਡਾ ਪਿੰਡ ਹੈ ਛੋਟਾ ਆ ਉਹ ਮੈਂ ਫਾਈਂਡ ਆਊਟ ਕਰਦਾ ਕਿ ਇਹ ਜਿਹੜਾ ਪਰਿਵਾਰ ਕਿਹੋ ਜਿਹਾ ਆ ਇਹ ਜਿਹੜਾ ਗੁਰਨੈਪ ਸਿੰਘ ਫੌਜੀ ਆ ਇਹ ਫੌਜ ਦੇ ਵਿੱਚੋਂ ਆਇਆ ਤੇ ਇਹ ਜਿਹੜੀ ਫੌਜਣ ਆ ਕਿਉਂਕਿ ਇਹ ਤਾਂ ਫੌਜ ਵਿੱਚ ਰਿਹਾ ਆ ਤੇ ਇਹ ਫੌਜਣ ਜਿਹੜੀ ਆ ਇਹ ਫਿਰ ਤੁਹਾਨੂੰ ਪਤਾ ਕਿ ਬਾਹਰ ਰਹੀ ਆ ਫੌਜਣ ਦੇ ਵੀ ਬਹੁਤ ਗਲਤ ਰਿਲੇਸ਼ਨ ਲੈ ਚੁੱਕੇ ਆ ਮੈਨੂੰ ਇਹਦੇ ਪਿੰਡ ਦੇ ਬੰਦਿਆਂ ਖੁਦ ਨੇ ਫੋਨ ਕੀਤਾ ਆ ਬਹੁਤ ਗਲਤ ਰਿਲੇਸ਼ਨ ਰਹਿ ਚੁੱਕੇ ਨੇ ਇਹਦੇ ਵੀ ਕਿਹਦੇ ਗਲਤ ਰਿਲੇਸ਼ਨ ਮੇਰੀ ਸੱਸ ਦੇ ਵੀ ਓ ਮਾਈ ਗੋਡ ਓ ਗੋਡ ਤੂੰ ਆਪਣੀ ਸੱਸ ਤੇ ਇੱਕ ਮਾਂ ਆ ਉੱਥੇ ਤੂੰ ਦੋਸ਼ ਲਾ ਰਿਹਾ ਦੋਸ਼ ਨਹੀਂ ਲਾ ਰਿਹਾ ਜੀ ਮੈਨੂੰ ਇਹਨਾਂ ਦੇ ਪਿੰਡ ਵੱਲੋਂ ਫੋਨ ਕਰਕੇ ਪਿੰਡ ਦੇ ਬੰਦਿਆਂ ਵੱਲੋਂ ਫੋਨ ਕਰਕੇ ਖੁਦ ਦੱਸਿਆ ਜਾਂਦਾ ਇਹ ਗੱਲਾਂ ਕੀ ਕਹਿੰਦੇ ਪਿੰਡ ਦੇ ਲੋਕ ਜਿਹੜੀ ਰਵਿੰਦਰ ਕੌਰ ਆ ਕਿਹੋ ਜਿਹੀ ਆ ਉਹ ਬਹੁਤ ਗਲਤ ਦੱਸਿਆ ਜਾ ਰਿਹਾ ਕਹਿੰਦੇ ਵੀ ਬਹੁਤ ਗਲਤ ਸੀਗੀ ਇਹ ਜਨਾਨੀ ਤੇ ਜਦ ਉਹ ਫੌਜ ਵਿੱਚ ਸੀਗਾ ਇਹ ਬਹੁਤ ਗਲਤ ਰਹੀ ਆ ਅੱਛਾ ਫੌਜ ਵਿੱਚ ਉਹ ਸਰਹੱਦਾਂ ਤੇ ਸੀਗਾ ਤੇ ਇਹ ਫਿਰ ਇੱਧਰ ਮੋਗੇ ਦੇ ਵਿੱਚ ਐਸ਼ ਆਰਾਮ ਕਰਦੀ ਸੀ ਜ਼ਿੰਦਗੀ ਆਪਣੀ ਬਤੀਤ ਕਰਦੀ ਸੀ ਫੌਜੀ ਨੇ ਆਣ ਕੇ ਉੱਤੋਂ ਇਹਨੂੰ ਫੜ ਲਿਆ ਸੀਗਾ ਮੇਰੇ ਸਹੁਰਾ ਸਾਹਿਬ ਨੇ ਇਹ ਤੁਹਾਨੂੰ ਗੱਲ ਕਿਵੇਂ ਦੱਸੀ ਤੁਹਾਡੇ ਚਾਚਾ ਸਹੁਰਾ ਨੇ ਇਹ ਮੇਰੇ ਚਾਚਾ ਸਹੁਰਾ ਜੀ ਨੇ ਗੱਲ ਦੱਸੀ ਉਹ ਵੀ ਉਸਦਾ ਨਾਮ ਵੀ ਰਾਜਕਰਨ ਸਿੰਘ ਹੈ ਉਹ ਵੀ ਆਰਮੀ ਚ ਅੱਛਾ ਉਹ ਗੱਲ ਤਾਂ ਤੁਹਾਨੂੰ ਦੱਸੀ ਆ ਇਹਦਾ ਮਤਲਬ ਕਿ ਉਹਨਾਂ ਨੇ ਵੀ ਆਪਸ ਵਿੱਚ ਰਿਲੇਸ਼ਨ ਠੀਕ ਨਹੀਂ ਹੈ ਤੇ ਇਹ ਗੱਲ ਤੇਰੇ ਵਿਆਹ ਤੋਂ ਬਾਅਦ ਦੱਸੀ ਜਾਂ ਪਹਿਲਾਂ ਦੱਸੀ ਆ ਮੈਨੂੰ ਵਿਆਹ ਤੋਂ ਬਾਅਦ ਦੱਸੀ ਆ ਜਦੋਂ ਹੁਣ ਮੇਰੀ ਵਾਈਫ ਗਈ ਆ ਮੈਂ ਆਪਣੇ ਚਾਚਾ ਸਹੁਰੇ ਨੂੰ ਫੋਨ ਕੀਤਾ ਮੈਂ ਕਿਹਾ ਵੀ ਚਾਚਾ ਜੀ ਆਹ ਗੱਲ ਹੋਈ ਮੇਰੀ ਵਾਈਫ ਕਿੱਥੇ ਆ ਮੈਨੂੰ ਫੋਨ ਨਹੀਂ ਕਰਦੇ ਕਿੱਦਾਂ ਉਹਨਾਂ ਨੇ ਦੱਸਿਆ ਮੈਨੂੰ ਸਾਰੀ ਗੱਲ ਕੀ ਕਹਿੰਦੇ ਕਿ ਇਹ ਤਾਂ ਆਵਾ ਉੱਤਿਆ ਹੋਇਆ ਇੱਕ ਪੰਜਾਬੀ ਦਾ ਸ਼ਬਦ ਹੈ ਕਿ ਸਾਰੇ ਲੋਕ ਜਿਹੜੇ ਟੱਬਰ ਦੇ ਨੇ ਆਵਾ ਇਹੀ ਉੱਤਿਆ ਜਾਣੀ ਕਿ ਸਾਰੇ ਹੀ ਇਹੋ ਜਿਹੇ ਨੇ ਹਾਂਜੀ ਹਾਂਜੀ ਸਾਰੇ ਹੀ ਗਲਤ ਨੇ ਤੇ ਤੈਨੂੰ ਲੱਗਦਾ ਸੀ ਤੇਰੀ ਮਦਰ ਦੇਖਣ ਨੂੰ ਗੱਲਬਾਤ ਕਰਨ ਨੂੰ ਜਿਹੜੀ ਆਪਣੀ ਮਾਂ ਦਾ ਆਪਣੀ ਕੁੜੀ ਦਾ ਬਿਸਤਰਾ ਵਿਛਾ ਕੇ ਦਿੰਦੀ ਹੋਵੇ ਵਿਆਹ ਕੀਤਾ ਹੋਵੇ ਆਪਣਾ ਜਵਾਈ ਸਮਝ ਲਿਆ ਹੋਵੇ ਸ਼ਰਮ ਚਾਹੀਦੀ ਇਹੋ ਜਿਹੀ ਔਰਤਾਂ ਨੂੰ ਮੈਨੂੰ ਇਨਸਾਫ ਚਾਹੀਦਾ ਨਹੀਂ ਇਨਸਾਫ ਦੇ ਬੱਚੇ ਇਨਸਾਫ ਅਸੀਂ ਕਿੱਥੋਂ ਤੈਨੂੰ ਲੈ ਕੇ ਦੇ ਦਈਏ ਹੁਣ ਤੈਨੂੰ ਕਿੱਥੋਂ ਲਿਆ ਦਈਏ ਤੇਰੀ ਹਰਪ੍ਰੀਤ ਸੁਖਸੂਰ ਤਾਂ ਤੇਰਾ ਆ 7 ਲੱਖ ਰੁਪਈਆ ਤੂੰ ਉਹਦੇ ਅਕਾਊਂਟ ਵਿੱਚ ਪਾਇਆ ਕਿਉਂ ਪਾਇਆ
ਚਲੋ 5 ਤੋਲੇ ਸੋਨਾ ਪਾਉਣਾ ਵਿਆਹ ਕਰਾਇਆ ਜੋ ਤੈਨੂੰ ਬਣਦਾ ਸੀਗਾ ਉਹ ਤੈਨੂੰ ਵਿਹਾਰ ਕਰਨਾ ਪਿਆ ਤੂੰ ਕੀ ਤੈਨੂੰ ਪਿਆਰ ਕਰ ਸੀ ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ ਗੀ ਪਿਆਰ ਕਰਨਾ ਪਿਆਰ ਕਰਨੇ ਵਾਲੇ ਪਿਆਰ ਕਰਤੇ ਹੈ ਜੋ ਪਿਆਰ ਕਰਤੇ ਜੋ ਡਰਤੇ ਹੈ ਉਹ ਪਿਆਰ ਕਰਤੇ ਨੇ ਸੋ ਆਪ ਡਰਤੇ ਨਹੀਂ ਤੇ ਪਿਆਰ ਕਰਤੇ ਸੀ ਪਰ ਤੇਰੀ ਸੱਸ ਦਾ ਰੋਲ ਮੈਨੂੰ ਬੜਾ ਅਜੀਬ ਲੱਗਾ ਆ ਅਜੀਬ ਇਸ ਗੱਲ ਲੱਗਾ ਕਿ ਉਹ ਫੌਜੀ ਸੀ ਘਰ ਵਾਲਾ ਤੇ ਘਰ ਵਾਲੀ ਜਿਹੜੀ ਬਾਹਰ ਸੀ ਹੁਣ ਮੈਂ ਪਬਲਿਕ ਅਪੀਲ ਲੈਣੀ ਚਾਹਾਂਗਾ ਹੁਣ ਸਾਡੇ ਪਾਸ ਕੋਈ ਵੀ ਨੰਬਰ ਨਹੀਂ ਹੈ ਨਾ ਤੇਰੀ ਸੱਸ ਦਾ ਤੇ ਨਾ ਤੇਰੇ ਸਹੁਰੇ ਦਾ ਤੇ ਹੈ ਵੈਸੇ ਹੁਣ ਪਿੰਡ ਵਿੱਚ ਹੀ ਹੈ ਬਹੁਤ ਵੱਡੀ ਗਿਣਤੀ ਵਿੱਚ ਆਓ ਅਸੀਂ ਪਬਲਿਕ ਵੀ ਲੈਣੀ ਚਾਹਾਂਗੇ ਮੁੰਡਾ ਇਨਸਾਫ ਮੰਗਦਾ ਇਨਸਾਫ ਕਿਵੇਂ ਦਵਾਈਏ।